ਸਵਾਗਤ ਗੱਲਾਂ ਤੇ ਗੀਤ ਦੇਖ ਰਹੇ ਡੀਡੀ ਪੰਜਾਬੀ ਦੇ तमाम ਦਰਸ਼ਕਾਂ ਦਾ ਨਿਗਾ ਸਵਾਗਤ ਉਹਨਾਂ ਦੇ ਆਪਣੇ ਇਸ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਤੇ ਗੱਲਾਂ ਅੱਜ ਅਸੀਂ ਉਸ ਚੀਜ਼ ਦੇ ਉੱਪਰ ਕਰਾਂਗੇ ਜਿਹੜੀ ਕੁਦਰਤ ਦੀ ਹੈ ਤੇ ਬਹੁਤ ਨਿਮਤ ਹੈ ਕਹਿੰਦੇ ਨੇ ਕਿ ਚਿੱਟੇ ਦੰਦ ਨੇ ਚੰਬੇ ਦੀਆਂ ਕਲੀਆਂ ਤੇ ਮਿੱਤਰਾਂ ਨੂੰ ਲੈ ਗਏ ਮੋਹ ਕੇ ਚਿੱਟੀਆਂ ਦੰਦਾਂ ਦਾ ਹਾਸਾ ਨਿ ਮਿੱਤਰਾਂ ਦੀ ਜਾਨ ਕੱਢਦਾ ਔਰ ਦੰਦ ਗਏ ਸਵਾਦ ਗਿਆ ਇਹ ਸਾਰੇ ਲੋਕ ਕਹਿੰਦੇ ਨੇ ਔਰ ਦੰਦਾਂ ਦੇ ਨਾਲ ਹੀ ਇਨਸਾਨ ਦੀ ਜਿਹੜੀ ਆ ਉਹ ਖੂਬਸੂਰਤੀ ਵੜੀ ਰਹਿੰਦੀ ਹੈ ਕਿਉਂਕਿ ਜਦੋਂ ਇਨਸਾਨ ਹੱਸਦਾ ਹੈ ਤਾਂ ਕਈ ਲੋਕ ਕਹਿੰਦੇ ਨੇ ਕਿ ਤੇਰੇ ਦੰਦ ਜਿਹੜੇ ਆ ਨਾ ਉਹ ਸੱਚੀ ਮੁੱਚੀ ਮੋਤੀਆਂ ਵਾਂਗੂ ਪਰੋਏ ਹੋਏ ਨੇ ਬਹੁਤ ਖੂਬਸੂਰਤ ਲੱਗਦੇ ਨੇ ਔਰ ਇਹ ਹਾਸਾ ਦੰਦਾਂ ਦੇ ਨਾਲ ਹੀ ਹੈ ਸੋ ਮਿੱਤਰੋ ਮੁਸਕਰਾਉਂਦੇ ਰਿਹਾ ਕਰੋ ਕੀ ਪਤਾ ਕਦੋਂ ਕਿਹੜੇ ਵੇਲੇ ਮੋੜਲੇ ਦੋ ਦੰਦ ਨਹੀਂ ਰਹਿਣੇ ਸੋ ਹੱਸਦੇ ਹਾਂ ਦੇ ਨਾਲ-ਨਾਲ ਅਸੀਂ ਇਸ ਪਿਆਰੇ ਜਿਹੇ ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਬਾਤਾਂ ਦੰਦਾਂ ਦੀਆਂ ਕਰਨੀਆਂ ਕਿ ਜਿਨੇ ਆਪਣੇ ਦੰਦ ਸੰਭਲੇ ਫਿਰ ਸਮਝ ਲੋ ਸਵਾਦ ਸੰਭਲੇ ਕਈ ਸਵਾਦ ਸਵਾਦ ਵਿੱਚ ਆਪਣੇ ਦੰਦ ਖਰਾਬ ਵੀ ਕਰ ਲੈਂਦੇ ਨੇ ਅੱਜ ਦੰਦਾਂ ਦੇ ਬਾਰੇ ਬਹੁਤ ਸਾਰੀਆਂ ਵਿਸਤਾਰ ਪੂਰਵਕ ਗੱਲਾਂ ਕਰਾਂਗੇ ਆਪਾਂ ਔਰ ਇਹ ਗੱਲਾਂ ਬਾਤਾਂ ਕਰਨ ਦੇ ਵਾਸਤੇ ਸਾਡੇ ਕੋਲ ਮਾਹਰ ਮਹਿਮਾਨ ਜਿਹੜੇ ਕਿ ਕਿਉਂਕਿ ਅੱਜ ਕੱਲ ਇੱਕ ਨਵਾਂ ਕਨਸੈਪਟ ਆ ਗਿਆ ਕਿ ਦੰਦਾਂ ਦੇ ਨਾਲ ਨਾਲ ਸਕਿਨ ਨੂੰ ਵੀ ਤੁਹਾਡੀ ਚਮੜੀ ਦੀ ਖੂਬਸੂਰਤੀ ਵੀ ਵਧਾਈ ਜਾਂਦੀ ਹੈ ਔਰ ਨਾਲ ਦੇ ਨਾਲ ਵਾਲ ਵੀ ਜਿਹੜੇ ਆ ਉਹਨਾਂ ਦੇ ਵਿੱਚ ਵੀ ਜਾਨ ਪਾਈ ਜਾਂਦੀ ਤਾਂ ਕਿ ਉਹ ਚੜਨ ਨਾ ਤੁਹਾਡੇ ਲਈ ਉਬਾਲਾਂ ਦੀ ਖੂਬਸੂਰਤੀ ਦੰਦਾਂ ਦੀ ਖੂਬਸੂਰਤੀ ਸਾਰੀਆਂ ਚੀਜ਼ਾਂ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਪਰ ਮੇਨ ਅਸੀਂ ਚਿੱਟਿਆਂ ਦੰਦਾਂ ਦਾ ਹਾਸਾ ਜਿਹੜਾ ਉਹ ਕਾਇਮ ਰੱਖਣ ਦੀ ਕੋਸ਼ਿਸ਼ ਕਰਾਂਗੇ ਗੱਲਾਂ ਬਾਤਾਂ ਕਰਨ ਦੇ ਲਈ ਅੱਜ ਦੰਦਾਂ ਦੇ ਬਾਰੇ ਦੰਦਾਂ ਦੀਆਂ ਬਿਮਾਰੀਆਂ ਦੇ ਬਾਰੇ ਉਹਨਾਂ ਦੇ ਇਲਾਜ ਦੇ ਬਾਰੇ ਸਾਡੇ ਕੋਲ ਪਹੁੰਚੇ ਨੇ ਜੀ ਡਾਕਟਰ ਮੀਨਲ ਬੁੱਧੀ ਰਾਜਾ ਜਿਹੜੇ ਕਿ ਦੰਦਾਂ ਦੇ ਮਾਹਰ ਨੇ ਔਰ ਨਾਲ ਦੀ ਨਾਲ ਸਕਿਨ ਦੇ ਵੀ ਮਾਹਰ ਨੇ ਸਕਿਨ ਨੂੰ ਵੀ ਜਿਉਂਦੀ ਜਾਗਦੀ ਕਰਦੇ ਨੇ ਔਰ ਵਾਲ ਵੀ ਜਿਹੜੇ ਆ ਉਹ ਵੀ ਖੂਬਸੂਰਤ ਬਣਾਉਂਦੇ ਨੇ ਬਹੁਤ ਕੁਝ ਹੈ ਇਹਨਾਂ ਦੇ ਕੋਲ ਡਾਕਟਰ ਮੀਨਲ ਜੀ ਸૌ ਤੋਂ ਪਹਿਲਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਥੈਂਕ ਯੂ ਸਰ ਔਰ ਜਦੋਂ ਬੰਦਾ ਹੱਸਦਾ ਨਾ ਉਹਦਾ ਪਤਾ ਲੱਗ ਜਾਂਦਾ ਕਿ ਇਹਦੇ ਦੰਦ ਜਿਹੜੇ ਨੇ ਉਹ ਚੰਗੇ ਨੇ ਖੂਬਸੂਰਤ ਨੇ ਔਰ ਇਹ ਚਿੱਟੀਆਂ ਦੰਦਾਂ ਦਾ ਹਾਸਾ ਹਮੇਸ਼ਾ ਬਰਕਰਾਰ ਰਹੇ ਇਹ ਤਾਂ ਵੀ ਨਹੀਂ ਹੋ ਸਕਦਾ ਦੰਦ ਖਰਾਬ ਵੀ ਹੋ ਜਾਂਦੇ ਨੇ ਪਰ ਜੇਕਰ ਅਸੀਂ ਗੱਲ ਕਰੀਏ ਬੱਚਿਆਂ ਦੀ ਬੱਚਿਆਂ ਦੇ ਦੰਦ ਇਹ ਜਲਦੀ ਕਿਉਂ ਖਰਾਬ ਹੁੰਦੇ ਆ ਐਕਚੁਅਲੀ ਬੱਚਿਆਂ ਦੇ ਦੰਦਾਂ ਦੀ ਜਿਹੜੀ ਸਾਡੀ ਉੱਪਰ ਪਰਤ ਹੁੰਦੀ ਹੈ ਨਾ ਉਹ ਇੱਕ ਤਾਂ ਪਤਲੀ ਹੁੰਦੀ ਹੈ ਔਰ ਇੱਕ ਜਦੋਂ ਬੱਚਿਆਂ ਨੂੰ ਦੁੱਧ ਦੀ ਬੋਤਲ ਲਗਾ ਕੇ ਸਵਾਦੰਦene ਤੇ ਬੱਚਾ ਮਤਲਬ ਰੋਣਾ ਨਹੀਂ ਤੇ ਉਹਨੂੰ ਚੁੱਪਚਾਪ ਸੁਲਾ ਦੇਣਾ ਤੇ ਉਹਦੇ ਨਾਲ ਕੀ ਹੁੰਦਾ ਜਿਹੜਾ ਦੁੱਧ ਹੈ ਜਿਹੜਾ ਪਰਤ ਹੈ ਉਹ ਚਿਪਕੀ ਰਹਿ ਜਾਂਦੀ ਹੈ ਉਹਦੇ ਨਾਲ ਬੈਕਟੀਰੀਆ ਦੀ ਐਕਟੀਵੇਸ਼ਨ ਉੱਥੇ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਉਹਨਾਂ ਦੀ ਜਿਹੜੀ ਅਪਰ ਲੇਅਰ ਹੈ ਉਹ ਜਲਦੀ ਹੁੰਦੀ ਕੁੜਨੀ ਸ਼ੁਰੂ ਹੋ ਜਾਂਦੀ ਹੈ ਤੇ ਉਹਨੂੰ ਕਹਿੰਦੇ ਨਰਸਿੰਗ ਕੇਰੀਜ਼ ਫਰੰਟ ਲੇ ਮੋਰਲੇ ਤੁਸੀਂ ਦੇਖੇ ਹੋਣਗੇ ਯੂਜੂਲੀ ਬੱਚਿਆਂ ਦੇ ਦੰਦ ਕਾਲੇ ਹੀ ਹੋ ਜਾਂਦੇ ਨੇ ਤੇ ਉਹ ਜਦੋਂ ਇੱਕ ਤਾਂ ਪੇਰੈਂਟਸ ਡਰਦੇ ਨੇ ਬੱਚੇ ਤਾਂ ਡਰਦਾ ਹੀ ਹੈ ਡੈਂਟਿਸਟ ਕੋਲ ਆਨ ਨੂੰ ਤੇ ਲੇਕਿਨ ਪੇਰੈਂਟਸ ਵੀ ਡਰਦੇ ਨੇ ਕਿ ਨਹੀਂ ਹਜੇ ਤਾਂ ਸਿਰਫ ਦੁੱਧ ਦੇ ਦੰਦ ਹੀ ਐ ਬਹੁਤੀ ਪਰਵਾਹ ਕਰਨ ਦੀ ਲੋੜ ਨਹੀਂ ਸਾਨੂੰ ਇਹਨਾਂ ਨੇ ਛਾੜੀ ਜਾਣਾ ਤੇ ਇਹਨਾਂ ਨੂੰ ਅਸੀਂ ਇਦਾਂ ਹੀ ਛੱਡ ਦਿੰਨੇ ਹਾਂ ਪਰ ਉਹਨਾਂ ਨੂੰ ਇਦਾਂ ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ ਉਹਨਾਂ ਨੂੰ ਪ੍ਰੋਪਰ ਚੈੱਕਅਪ ਕਰਾ ਕੇ ਕਿਉਂਕਿ ਅ ਕਈ ਵਾਰੀ ਕੀ ਹੁੰਦਾ ਉਹਦੇ ਥੱਲੇ ਪਸ ਵੀ ਪੈ ਜਾਂਦੀ ਹੈ ਉਹ ਪਰਤ ਇੰਨੀ ਜ਼ਿਆਦਾ ਕਮਜ਼ੋਰ ਕਰ ਦਿੰਦੀ ਹੈ ਦੰਦ ਨੂੰ ਨਿਕਲਣ ਤੋਂ ਬਾਅਦ ਕਿ ਉਹਦੇ ਥੱਲੇ ਪਸ ਪੈ ਜਾਂਦੀ ਹੈ ਤੇ ਉਹ ਪਸ ਪੈਣ ਨਾਲ ਵੀ ਬੱਚਾ ਫਿਰ ਸਾਰੀ ਰਾਤ ਪਰੇਸ਼ਾਨ ਹੁੰਦਾ ਹੈ ਦਿਨ ਹਾਂਜੀ ਤੇ ਫਿਰ ਕੁਝ ਵੀ ਨਹੀਂ ਖਾ ਸਕਦਾ ਠੀਕ ਹੈ ਤੇ ਉਹ ਜਿਹੜਾ ਇਲਾਜ ਆ ਉਹ ਜ਼ਰੂਰ ਲੈਣਾ ਚਾਹੀਦਾ ਉਹਨੂੰ ਐਵੋਇਡ ਨਹੀਂ ਕਰਨਾ ਚਾਹੀਦਾ ਮੇਨਲੀ ਤਾਂ ਜਿਹੜੇ ਬਾਕੀ ਦਾ ਟੌਫੀਆਂ ਗੋਲੀਆਂ ਜੋ ਬੱਚੇ ਖਾਂਦੇ ਨੇ ਹਮਮ ਉਹਨਾਂ ਨੂੰ ਠੀਕ ਐਸੀ ਰੋਕ ਨਹੀਂ ਸਕਦੇ ਮਨਾ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਜਿਹੜੀ ਨਾਈਟ ਬਰਸ਼ਿੰਗ ਹੈ ਉਹਦਾ ਜ਼ੋਰ ਜ਼ਰੂਰ ਪਾਣਾ ਚਾਹੀਦਾ ਉਹਦੀ ਆਦਤ ਜ਼ਰੂਰ ਪਾਣੀ ਚਾਹੀਦੀ ਦੇਖੋ ਇੱਕ ਇਹ ਤੇ ਮੈਂ ਹੁਣ ਗੱਲ ਸੋਚ ਰਿਹਾ ਸੀ ਬੈਠ ਬੈਠ ਤੁਹਾਡੀਆਂ ਗੱਲਾਂ ਦੇ ਵਿੱਚੋਂ ਹੀ ਇੱਕ ਤੇ ਦੰਦ ਜਦੋਂ ਨਿਕਲ ਜਾਂਦੇ ਆ ਉਦੋਂ ਅਸੀਂ ਬਹੁਤ ਪਰੇਸ਼ਾਨ ਹੁੰਨੇ ਆ ਜਦੋਂ ਨਿਕਲਦੇ ਹੁੰਦੇ ਆ ਉਦੋਂ ਵੀ ਬਹੁਤ ਪਰੇਸ਼ਾਨ ਹੁੰਦਾ ਬੱਚਾ ਜਦੋਂ ਨਿਕਲਣੇ ਹੁੰਦੇ ਦੰਦ ਕਿਸੇ ਮਾਸੂਮ ਦੇ ਤਾਂ ਉਸ ਵੇਲੇ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ ਕਈ ਵਾਰ ਉਹਨੂੰ ਚਾਬੀਆਂ ਜੀਆਂ ਦਿੱਤੀਆਂ ਜਾਂਦੀਆਂ ਪਲਾਸਟਿਕ ਦੀਆਂ ਕਈ ਵਾਰ ਹੋਰ ਕੋਈ ਚੀਜ਼ਾਂ ਚਿੱਠੋਂ ਦਿੱਤੀਆਂ ਜਾਂਦੀਆਂ ਜਦੋਂ ਬੱਚੇ ਦੇ ਦੰਦ ਨਿਕਲ ਬਹੁਤ ਕੁਝ ਚੀਜ਼ਾਂ ਉਹ ਚਿੱਠਦਾ ਹੈ ਔਰ ਕਈ ਵਾਰ ਹੱਥ ਮੂੰਹ ਦੇ ਵਿੱਚ ਪਾਉਂਦਾ ਕਈ ਹੋਰ ਚੀਜ਼ਾਂ ਉਸ ਵੇਲੇ ਖਾਸ ਖਿਆਲ ਕਿਹੜੇ ਰੱਖਣੇ ਚਾਹੀਦੇ ਕਿ ਦੰਦ ਉਹਦੇ ਸਿੱਧੇ ਹੀ ਹੋਣ ਐਕਚੁਅਲੀ ਉਸ ਟਾਈਮ ਇਹ ਚੀਜ਼ ਹੈ ਕਿ ਜਦੋਂ ਦੰਦ ਨਿਕਲ ਰਹੇ ਹੈ ਨੈਚੁਰਲੀ ਮਸੂੜਿਆਂ ਉੱਤੇ ਜ਼ੋਰ ਪੈ ਰਿਹਾ ਹੈ ਉਹ ਇਰਿਟੇਸ਼ਨ ਹੋ ਰਹੀ ਹੈ ਜਦੋਂ ਇਰਿਟੇਸ਼ਨ ਹੁੰਦੀ ਹੈ ਬੱਚਾ ਪਰੇਸ਼ਾਨ ਹੁੰਦਾ ਹੈ ਤੇ ਉਹਦੇ ਨਾਲ ਜਦੋਂ ਉਹਨਾਂ ਨੂੰ ਟੀਦਰ ਦੇ ਦਿਆ ਟੀਦਰ ਇੱਕ ਸਿਲੀਕੋਨ ਬੋਡੀ ਹੁੰਦੀ ਹੈ ਜਿਹੜਾ ਕਿ ਬੱਚੇ ਉਹਨੂੰ ਚਬਾਉਂਦੇ ਨੇ ਉਹਦੇ ਨਾਲ ਉਹਨਾਂ ਦਾ ਪ੍ਰੈਸ਼ਰ ਪੈਂਦਾ ਹੈ ਤੇ ਇੱਕ ਮ사ਜ ਜੀ ਹੁੰਦੀ ਉਹਨਾਂ ਦੇ ਮਸੂੜਿਆਂ ਦੀ ਤੇ ਯਾ ਨਾਰਮਲੀ ਅਸੀਂ ਦਵਾਈਆਂ ਦੇ ਦੀਆਂ ਜਿਹੜਾ ਕਿ ਗਮ ਮ사ਜ ਨਾਲ ਉਹਨਾਂ ਨੂੰ ਥੋੜਾ ਰਿਲੀਫ ਮਿਲੇ ਜਾਂ ਫਿਰ ਘਰ ਦੇ ਇਲਾਜ ਹੁੰਦੇ ਨੇ ਕੋਸੇ ਪਾਣੀ ਵਿੱਚ ਨਮਕ ਪਾ ਕੇ ਕੁੱਲੇ ਕਰਾਉ ਨੂੰ ਕਹਿੰਦਾ ਹੈ ਠੀਕ ਹੈ ਤੇ ਉਹ ਜਿਹੜੀਆਂ ਸਭ ਚੀਜ਼ਾਂ ਜਦੋਂ ਕਰਨਗੇ ਉਹਦੇ ਨਾਲ ਇੱਕ ਤਾਂ ਇਰਿਟੇਸ਼ਨ ਘੱਟ ਹੋਏਗੀ ਦੰਦ ਆਰਾਮ ਨਾਲ ਆਣਗੇ ਲੇਕਿਨ ਇਹ ਵੈ ਕਿ ਉਹ ਜਿਹੜੀਆਂ ਚੀਜ਼ਾਂ ਯੂਜ਼ ਕਰ ਰਹੇ ਨੇ ਟੀਦਰ ਹੈ ਜਾਂ ਕੁਝ ਵੀ ਉਹ ਬਿਲਕੁਲ ਕੰਟਮੀਨੇਟਡ ਨਹੀਂ ਹੋਣੀ ਚਾਹੀਦੀ ਉਹਨਾਂ ਦੀ ਸਾਫ ਸਫਾਈ ਪ੍ਰੋਪਰ ਹੋਣੀ ਚਾਹੀਦੀ ਨਹੀਂ ਤਾਂ ਇਹ ਨਾ ਹੋਏ ਕਿ ਇਨਫੈਕਸ਼ਨ ਹੋ ਜਾਏ ਪੇਟ ਦੀ ਪ੍ਰੋਬਲਮ ਸ਼ੁਰੂ ਹੋ ਜਾਣ ਉਹਨਾਂ ਨੂੰ ਤੇ ਉਹ ਫਿਰ ਸਭ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਪਏ ਜੀ ਤੇ ਡਾਕਟਰ ਸਾਹਿਬ ਕਈ ਵਾਰ ਦੇਖਿਆ ਗਿਆ ਕਿ ਸੂਏ ਨਿਕਲਿਓਂ ਦੇ ਬੱਚਿਆਂ ਦੇ ਤਿੱਖੇ ਤਿੱਖੇ ਦੰਦ ਟੇਢੇ ਮਿੱਡੇ ਹੋ ਜਾਂਦੇ ਐ ਤੇ ਉਹ ਜਿਹੜੇ ਆ ਉਹਨਾਂ ਦਾ ਕੀ ਕਾਰਨ ਬਣਦਾ ਹੈ ਉਹ ਐ ਹੁੰਦਾ ਕਿ ਜਦੋਂ ਦੁੱਧ ਦੇ ਦੰਦ ਪਏ ਹੈ ਕਈ ਵਾਰ ਕੀ ਹੁੰਦਾ ਜਬਾੜਾ ਸਾਡਾ ਛੋਟਾ ਹੈ ਤੇ ਦੰਦਾਂ ਦਾ ਸਾਈਜ਼ ਵੱਡਾ ਹੈ ਇੱਕ ਉਹ ਵੀ ਕਾਰਨ ਹੁੰਦਾ ਦੰਦ ਨੂੰ ਪੂਰੀ ਜਗ੍ਹਾ ਨਹੀਂ ਮਿਲਦੀ ਨਿਕਲਣ ਦੀ ਟੇਢੇ ਮਿੱਡੇ ਨਿਕਲ ਆਉਂਦੇ ਜੀ ਇੱਕ ਚੀਜ਼ ਹੈ ਕਿ ਜਦੋਂ ਦੁੱਧ ਦੇ ਦੰਦ ਡਿੱਗਦੇ ਐ ਕਈ ਦੰਦ ਲੇਟ ਡਿੱਗਦੇ ਤੇ ਜਿਹੜਾ ਨਵਾਂ ਦੰਦ ਆ ਜਾਂਦਾ ਐ ਅਡਲਟ ਉਹ ਜਿਹਨੂੰ ਕਹਿੰਦੇ ਆ ਉਹ ਆਪਣੀ ਜਗ੍ਹਾ ਲੱਭ ਲੈਂਦਾ ਉਹ ਦੂਸਰੀ ਜਗ੍ਹਾ ਤੇ ਆ ਜਾਂਦਾ ਤੇ ਉਹਦੇ ਨਾਲ ਵੀ ਦੰਦਾਂ ਦਾ ਟੇਡਾ ਟੇਡਾ ਹੋਣਾ ਸ਼ੁਰੂ ਹੋ ਜਾਂਦਾ ਫਿਰ ਇਹਦੇ ਵਿੱਚ ਕਈ ਵਾਰੀ ਟ੍ਰੇਨਰਸ ਦੇਈਦੇ ਨੇ ਏਜ ਦੇ ਹਿਸਾਬ ਨਾਲ ਕੀ ਕਿਹੜੀ ਏਜ ਚ ਸਾਨੂੰ ਕਿਹੜੇ ਦੰਦ ਨਿਕਲ ਰਹੇ ਨੇ ਤੇ ਉਹਦੇ ਹਿਸਾਬ ਨਾਲ ਟ੍ਰੇਨਰਸ ਹੁੰਦੇ ਬੱਚਾ ਦੇ ਜਾਂ ਫਿਰ ਜੇ ਪੂਰੇ ਦੰਦ ਹੀ ਉਹਨਾਂ ਦੇ ਇੱਕ ਵਾਰੀ ਉਮਰ ਦੇ ਵਿੱਚ ਆ ਚੁੱਕੇ ਨੇ 12 13 ਸਾਲ ਦੇ ਵਿੱਚ ਤੇ ਫਿਰ ਉਹਨਾਂ ਨੂੰ ਅਸੀਂ ਬਰੇਸਸ ਜਾਂ ਫਿਰ ਜਿਹੜੇ ਹੋਰ ਉਹਨਾਂ ਦੇ ਇਲਾਜ ਨੇ ਉਹਨਾਂ ਦੇ ਬਾਰੇ ਜਾਣਕਾਰੀ ਦੇ ਦਈਏ ਜੀ ਤੇ ਜੇਕਰ ਅਸੀਂ ਗੱਲ ਕਰੀਏ ਦੰਦਾਂ ਦੀ ਇਹ ਦੰਦਾਂ ਦੇ ਨਾਲ ਹੀ ਜ਼ਿੰਦਗੀ ਦੇ ਸਾਰੇ ਸਵਾਦ ਜੁੜੇ ਹੋਏ ਨੇ ਔਰ ਦੰਦਾਂ ਦੇ ਨਾਲ ਹੀ ਕਿੰਦਰ ਕਿ ਸਾਡਾ ਖਾਣ ਪੀਣ ਜੁੜਿਆ ਹੋਇਆ ਔਰ ਜੇਕਰ ਇਹਨਾਂ ਦੰਦਾਂ ਦੀ ਗੱਲ ਕਰੀਏ ਦੁੱਧ ਦੇ ਦੰਦ ਜਿਹੜੇ ਬਹੁਤ ਅਹਿਮੀਅਤ ਰੱਖ ਬਾਂਦੇ ਆ ਬਿਲਕੁਲ ਕੀ ਇਹ ਦੁੱਧ ਦੇ ਦੰਦ ਜਿਹੜੇ ਆ ਇਹ ਆਪਾਂ ਬਚਾ ਕੇ ਰੱਖ ਸਕਦੇ ਆ ਕੀ ਇਹ ਡਿਗਣੇ ਹੀ ਹੁੰਦੇ ਆ ਇਹ ਜਾਣੇ ਹੀ ਹੁੰਦੇ ਆ ਜਾਂ ਇਹਨਾਂ ਨੂੰ ਵੀ ਪੱਕਿਆ ਕੀਤਾ ਜਾ ਸਕਦਾ ਨਹੀਂ ਨਹੀਂ ਅੱਦਾਂ ਦੇ ਤਾਂ ਕੋਈ ਨਹੀਂ ਹੈ ਟੈਕਨੀਕ ਉਹ ਤਾਂ ਦੁੱਧ ਦੇ ਦੰਦ ਡਿਗਨੇ ਹੀ ਡਿਗਨੇ ਆ ਉਹ ਇੱਕ ਤਰ੍ਹਾਂ ਦੇ ਬੱਚਿਆਂ ਦੇ ਲਈ ਟ੍ਰੇਨਿੰਗ ਟੀਥ ਹੈ ਠੀਕ ਹੈ ਨਾ ਇੱਕ ਤਰ੍ਹਾਂ ਦੇ ਉਹਨਾਂ ਦੇ 6 ਸਾਲ ਤੱਕ ਦੀ ਉਮਰ ਦੇ ਵਿੱਚ ਉਹ ਟ੍ਰੇਨ ਹੋ ਜਾਂਦੇ ਆ ਨਾਲੇ ਐਕਚੁਅਲੀ ਦੁੱਧ ਦੇ ਦੰਦਾਂ ਦੀ ਉਹ ਵੀ ਮੈਂ ਤੁਹਾਨੂੰ ਕਿਹਾ ਇੰਨੇ ਮਜ਼ਬੂਤ ਨਹੀਂ ਹੁੰਦੇ ਕਿ ਉਹ ਲਾਈਫਟਾਈਮ ਰਹਿ ਸਕਣ ਜੀ ਜੀ ਲੇਕਿਨ ਦੁੱਧ ਦੇ ਦੰਦਾਂ ਦੀ ਇੰਪੋਰਟੈਂਸ ਵੀ ਉਨੀ ਹੀ ਹੈ ਜਿੰਨੀ ਅਡਲਟ ਟੀਥ ਹੈ ਹੁਣ ਅਗਰ ਬੱਚਿਆਂ ਦੇ ਦੰਦ ਖਰਾਬ ਹੋ ਰਹੇ ਹੈ ਅਗਰ ਉਹਦੇ ਚ ਕੀੜਾ ਲੱਗ ਗਿਆ ਹੈ ਔਰ ਉਹ ਬਿਲਕੁਲ ਡਿੱਗ ਗਿਆ ਦੰਦ ਜਿਹੜੇ ਹੁਣ ਨਵੇਂ ਦੰਦ ਆਨੇ ਨਾ ਉਹ ਟੇਡੇ ਮੇਟੇ ਆਣ ਕੇ ਉਹ ਉਹ ਜਗ੍ਹਾ ਉਹਨਾਂ ਦੀ ਪੁਰਾਣੀ ਕਵਰ ਹੋ ਜਾਣੀ ਹੈ ਤੇ ਜਿਹੜੇ ਨਵੇਂ ਦੰਦ ਨੇ ਅੰਦਰ ਬਾਹਰ ਕਿਧਰੇ ਵੀ ਪੋਜੀਸ਼ਨ ਚ ਨਿਕਲ ਸਕਦੇ ਤੇ ਇਸ ਲਈ ਦੰਦਾਂ ਦੀ ਜਿਹੜੀ ਜਿਹੜੇ ਅਡਲਟ ਟੀਥ ਆਨੇ ਨੇ ਉਹ ਪ੍ਰੋਪਰ ਅਲਾਈਨਮੈਂਟ ਆਨ ਉਹਦੇ ਲਈ ਵੀ ਸਾਨੂੰ ਉਹਨਾਂ ਨੂੰ ਰੀਟੇਨ ਕਰਨਾ ਪਏਗਾ ਉਹ ਸਪੇਸ ਮੇਨਟੇਨ ਕਰਨੀ ਪਏਗੀ ਤਾਂ ਕਿ ਉੱਥੇ ਜਿਹੜਾ ਦੰਦ ਆਪਣੇ ਟਾਈਮ ਤੇ ਆਣਾ ਹੈ ਉਹੀ ਆਏ ਜੀ ਔਰ ਜੇਕਰ ਤੁਸੀਂ ਵੀ ਚਾਹ ਰਹੇ ਹੋ ਕਿ ਤੁਹਾਡੇ ਬੱਚੇ ਦੇ ਦੰਦ ਜਿਹੜੇ ਆ ਉਹ ਸਿੱਧੇ ਹੋਣ ਸੋਹਣੇ ਹੋਣ ਸੱਚੀ ਮੁੱਚੀ ਮੋਤੀਆਂ ਵਾਂਗੂ ਪਰੋਏ ਹੋਣ ਤਾਂ ਦੁੱਧ ਦੇ ਦੰਦ ਵੀ ਬਚਾਉਣੇ ਬਹੁਤ ਲਾਜ਼ਮੀ ਹੈ ਉਹਨਾਂ ਦਾ ਵੀ ਖਿਆਲ ਪੂਰਾ ਰੱਖਣਾ ਪੈਣਾ ਹੈ ਤਾਂ ਹੀ ਫਿਰ ਸਾਡੇ ਉਹ ਜਿਹੜੇ ਆਉਣ ਵਾਲੇ ਬੱਚੇ ਦੇ ਅਸਲੀ ਦੰਦ ਜਾਂ ਜਿਹਨਾਂ ਨੂੰ ਪੱਕੇ ਦੰਦ ਕਿਹਾ ਜਾਂਦਾ ਉਹ ਵੀ ਚੰਗੇ ਹੋਣਗੇ ਔਰ ਹੁਣ ਮੰਨ ਲਓ ਪੱਕੇ ਦੰਦ ਆ ਗਏ ਦੁੱਧ ਦੇ ਚਲੇ ਗਏ ਹੁਣ ਜ਼ਿੰਮੇਵਾਰੀ ਵੱਧ ਜਾਂਦੀ ਜ਼ਿਆਦਾ ਕਿਉਂਕਿ ਬੱਚਿਆਂ ਨੇ ਹੋਰ ਵੀ ਖੁਰਾਕਾਂ ਲੈਣੀਆਂ ਨੇ ਕੁਝ ਖਾਣਾ ਖਾਣਾ ਰੋਟੀ ਖਾਣੀ ਹੈ ਫਰੂਟ ਖਾਣਾ ਹੈ ਚਾਕਲੇਟ ਖਾਣਾ ਟੌਫੀਆਂ ਖਾਣੀਆਂ ਬਹੁਤ ਕੁਝ ਖਾਂਦੇ ਬੱਚੇ ਰੋਕ ਨਹੀਂ ਸਕਦੇ ਆਪਾਂ ਤੇ ਇਹ ਜਿਹੜੀ ਫਿਰ ਉਮਰ ਹੁੰਦੀ ਹੈ ਜਦੋਂ ਪੱਕੇ ਦੰਦ ਸ਼ੁਰੂ ਹੋ ਜਾਂਦੇ ਨੇ ਆ ਜਾਂਦੇ ਨੇ ਉਸ ਉਮਰ 'ਚ ਕਿੰਨਾ ਖਿਆਲ ਰੱਖਣਾ ਪੈਂਦਾ ਬੱਚਿਆਂ ਦਾ ਦੇਖੋ ਜਦੋਂ ਪਹਿਲਾ ਹੀ ਦੰਦ ਮੂੰਹ 'ਚ ਆ ਜਾਂਦਾ ਹੈ ਇੱਕ ਤਾਂ ਬੱਚਿਆਂ ਵਾਲਾ ਅਸੀਂ ਉਦੋਂ ਹੀ ਕਹਿੰਦੇ ਕਿ ਪੇਸਟ ਕਰਨਵਾਨੀ ਸ਼ੁਰੂ ਕਰ ਤੋ ਉਹਨਾਂ ਨੂੰ ਠੀਕ ਹੈ ਉਹ ਪੇਰੈਂਟਸ ਕਹਿੰਦੇ ਨੇ ਹਜੇ ਤੱਕ ਕੀ ਲੋੜ ਹੈ ਹਲੇ ਤਾਂ ਇੱਕ ਦੰਦ ਆਇਆ ਦੋ ਦੰਦ ਆਇਆ ਹਲੇ ਕਿਹੜਾ ਪੂਰਾ ਨਜ਼ਰ ਆਇਆ ਪਰ ਜਿੱਦਾਂ ਹੀ ਇੱਕ ਦੰਦ ਨਜ਼ਰ ਆਂਦਾ ਹੈ ਉਦੋਂ ਪੇਸਟ ਕਰਾਨੀ ਸ਼ੁਰੂ ਕਰੋ ਐਦਾਂ ਹੀ ਫਿਰ ਉਦੋਂ ਤਾਂ ਬੱਚਿਆਂ ਵਾਲੀ ਪੇਸਟ ਹੁੰਦੀ ਹੈ ਫਿਰ ਜਦੋਂ ਅਡਲਟ 6 ਸਾਲ ਦੀ ਉਮਰ 'ਚ ਪਹਿਲਾ ਨਿਕਲਦਾ 6 ਤੋਂ 7 ਸਾਲ ਦੀ ਉਮਰ ਫਿਰ ਉਦੋਂ ਉਹਨਾਂ ਨੂੰ ਸ਼ਿਫਟ ਕਰ ਦੋ ਅਡਲਟ ਪੇਸਟ ਵਾਲ ਫਿਰ ਔਰ ਨੈਚੁਰਲੀ ਜਿਹੜਾ ਸਾਡੇ ਮਾਊਥਵਾਸ਼ ਹੈ ਉਹ ਵੀ ਯੂਜ਼ ਕਰ ਸਕਦੇ ਆ ਰਾਤੀ ਬਰਸ਼ ਕਰਨਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਡੇ ਟਾਈਮ ਤਾਂ ਅਸੀਂ ਦੂਸਰਿਆਂ ਲਈ ਕਰੀਦਾ ਕਿ ਮੂੰਹ ਚੋਂ ਬਦਬੂ ਨਾ ਆਏ ਜਾਂ ਕੋਈ ਖਾਣਾ ਚਿਪਕਿਆ ਨਾ ਨਜ਼ਰ ਆ ਜਾਏ ਲੇਕਿਨ ਰਾਤ ਦਾ ਬਰਸ਼ ਅਸਲੀ ਜਿਹੜੀ ਡੈਂਟਲ ਦੀ ਹੈਲਥ ਮੇਨਟੇਨ ਹੁੰਦੀ ਹੈ ਉਹ ਰਾਤ ਦੇ ਬਰਸ਼ ਦੇ ਨਾਲ ਹੁੰਦੀ ਹੈ ਠੀਕ ਹੈ ਜਿਹੜਾ ਬੈਕਟੀਰੀਅਲ ਐਕਟੀਵਿਟੀ ਹੁੰਦੀ ਹੈ ਉਹ ਰਾਤੀ ਜ਼ਿਆਦਾ ਹੁੰਦੀ ਹੈ ਗੁਰਾ ਦਿਨ ਗੱਲਬਾਤ ਕਰਦੇ ਆ ਸਾਡੇ ਦੰਦ ਆਪਸ ਵਿੱਚ ਜੁੜਦੇ ਨਹੀਂ ਆ ਖਾਂਦੇ ਪੀਂਦੇ ਰਹਿੰਦੇ ਆ ਤੇ ਜਦੋਂ ਰਾਤ ਨੂੰ ਸੌਂਨੇ ਆ 7-8 ਘੰਟੇ ਸਾਡੇ ਦੰਦ ਆਪਸ ਵਿੱਚ ਚਿਪਕੇ ਰਹਿੰਦੇ ਨੇ ਸਾਡੀ ਸਲਾਈਵਾ ਦੀ ਐਕਟੀਵੇਸ਼ਨ ਤੇ ਸਾਡੇ ਜਿਹੜੇ ਬੈਕਟੀਰੀਅਲ ਐਕਟੀਵੇਸ਼ਨ ਹੈ ਜਾਂ ਖਾਂ ਪੀਂਦੇ ਜਿਹੜੀਆਂ ਚੀਜ਼ਾਂ ਮੂੰਹ ਦੇ ਵਿੱਚ ਰਹਿ ਗਈਆਂ ਉਹਦੇ ਨਾਲ ਬੈਕਟੀਰੀਅਲ ਐਕਟੀਵੇਸ਼ਨ ਜ਼ਿਆਦਾ ਹੋ ਜਾਂਦੀ ਹੈ ਤੇ ਇਸ ਲਈ ਸਭ ਤੋਂ ਪਹਿਲਾ ਸਟੈਪ ਇਹ ਹੀ ਹੈ ਕਿ ਉਹਨਾਂ ਨੂੰ ਖਾਂ ਪਾਣ ਤੋਂ ਇਲਾਵਾ ਉਹਨਾਂ ਦੀ ਨਾਈਟ ਬਰਸ਼ਿੰਗ ਤੇ ਪੂਰਾ ਜ਼ੋਰ ਪਾਉਣਾ ਚਾਹੀਦਾ ਹੈ ਖਾਂ ਪਾਣ ਜੰਕ ਫੂਡ ਦਾ ਐਵੋਇਡ ਕਰਨਾ ਹੀ ਚਾਹੀਦਾ ਹੈ ਇੱਕ ਤਾਂ ਉਹਦੇ ਨਾਲ ਪੇਟ ਖਰਾਬ ਮੂੰਹ ਤੋਂ 스멜 ਜ਼ਿਆਦਾ ਆਂਦੀ ਹੈ ਠੀਕ ਹੈ ਔਰ ਜਿਹੜਾ ਫਾਈਬਰ ਫੂਡ ਜਾਂ ਫਰੂਟਸ ਜਾਂ ਉਹਨਾਂ ਦੇ ਜੂਸਸ ਵਲ ਥੋੜਾ ਉਹਨਾਂ ਨੂੰ ਜ਼ਿਆਦਾ ਰੋਝਾਨ ਦੇਣਾ ਚਾਹੀਦਾ ਬੱਚਿਆਂ ਨੂੰ ਆ ਆਮ ਤੌਰ ਤੇ ਦੇਖਿਆ ਕਿ ਕਈ ਵਾਰ ਬੱਚਿਆਂ ਦੇ ਦੰਦਾਂ ਦੇ ਉੱਪਰ ਦੰਦ ਆਏ ਹੁੰਦੇ ਆ ਕਿ ਇੱਕ ਦੰਦ ਹੇਠਾਂ ਆਉਂਦਾ ਇੱਕ ਉੱਪਰੋਂ ਦੀ ਆ ਜਾਂਦਾ ਇਹ ਇਹ ਕੀ ਕਾਰਨ ਬਣਦਾ ਵੀ ਕਿਉਂ ਬੱਚਿਆਂ ਦੇ ਇੱਕੋ ਹੀ ਦੰਦ ਦੀ ਥਾਂ ਦੋ ਦੰਦ ਆ ਜਾਂਦੇ ਆ ਉਹ ਐਕਚੁਅਲੀ ਕੀ ਹੁੰਦਾ ਜਿਹੜਾ ਉਹਨਾਂ ਦਾ ਦੁੱਧ ਦਾ ਦੰਦ ਹੁੰਦਾ ਉਹ अपने टाइम त नहीं गिरता थोड़ा लेट गिर तो रूट बहुत लंबी होएगी, या मतलब हड्डी आस पास बहुत ज्यादा मजबूत होएगी, कई बार दंद अपने डिग्ता नहीं है लेकिन हूँ जब नवा दंद आ रहा है उन्हें अपनी जगह लाभ ही लेनी है उन्हें अगे पिछे कितने निकल ही जाना है तो जो तो ए चीज हो रही है कि दंदर दंद पै उम जाके जो दुधा दंद है कटा लेना चाहता तो उस बात जरा दंद ਹੌਲੀ ਹੌਲੀ ਆਪਣੀ ਖਾਲੀ ਜਗ੍ਹਾ ਵੱਲੋਂ ਸ਼ਿਫਟ ਹੋਣਾ ਸ਼ੁਰੂ ਹੋ ਜਾਏਗਾ ਨਾ ਨਵਾਂ ਦੰਦ ਆ ਰਿਹਾ ਹੈ ਜੀ ਜੀ ਤਾਂ ਬੈਟਰ ਹੁੰਦਾ ਕਿ ਉਹ ਕੰਸਲਟ ਕਰਕੇ ਉਹਦਾ ਪ੍ਰੋਪਰ ਟ੍ਰੀਟਮੈਂਟ ਲੈ ਲਿਆ ਜਾਏ ਜੀ ਤੇ ਇੱਕ ਹੋਰ ਡਾਕਟਰ ਸਾਹਿਬ ਜਦੋਂ ਆਮ ਤੌਰ ਤੇ ਦੇਖਿਆ ਗਿਆ ਕਿ ਜਿਹੜੇ ਬੱਚੇ ਆ ਕਈ ਵਾਰ ਰਾਤ ਨੂੰ ਕੁਝ ਖਾਂਦੇ ਨਹੀਂ ਆਦਤ ਬਣਾ ਲੈਂਦੇ ਕਿ ਰਾਤ ਨੂੰ ਕੁਝ ਖਾਣਾ ਨਹੀਂ ਮਾਵਾਂ ਕੀ ਕਰਦੀਆਂ ਉਹਨਾਂ ਨੂੰ ਦੁੱਧ ਦਾ ਗਲਾਸ ਦਿੱਤਾ ਮਿੱਠਾ ਮੁੱਠਾ ਪਾ ਕੇ ਤੇ ਉਹਨਾਂ ਨੇ ਪੀਤਾ ਤੇ ਫਿਰ ਕਹਿੰਦੇ ਹੁਣ ਤਾਂ ਦੁੱਧ ਹੀ ਪੀਤਾ ਹੁਣ ਬ੍ਰਸ਼ ਦੀ ਕੀ ਲੋੜ ਆ ਉੱਥੇ ਕੀ ਸੁਝਾ ਦੇਵੋਗੇ ਮਾਵਾਂ ਨੂੰ ਅਨੀ ਉਹ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਉਂਕਿ ਦੁੱਧ ਇੱਕ ਚਿਪਕਣਾ ਪਦਾਰਥ ਹੈ ਚਿਪ ਉਹ ਚਿਪਕਦਾ ਦੰਦਾਂ ਦੇ ਨਾਲ ਠੀਕ ਹੈ ਉਹਦੇ ਨਾਲ ਨੈਚੁਰਲੀ ਫਿਰ ਉਹੀ ਮੈਂ ਗੱਲ ਕੀਤੀ ਤੁਹਾਨੂੰ ਕਿ ਜਿਹੜੀ ਬੈਕਟੀਰੀਅਲ ਐਕਟੀਵੇਸ਼ਨ ਹੈ ਬਹੁਤ ਜ਼ਿਆਦਾ ਵੱਜ ਜਾਏਗੀ ਉਹ ਤਾਂ ਬਿਲਕੁਲ ਹੀ ਨਹੀਂ ਕਰਨਾ ਇਹ ਵੀ ਨਹੀਂ ਕਿ ਸਿਰਫ ਪਾਣੀ ਨਾਲ ਕੁੱਲਾ ਕਰਾ ਕੇ ਸੁਲਾ ਦੇਣਾ ਹਾਂ ਜਿਹੜੇ ਛੋਟੇ ਬੱਚੇ ਨੇ ਅਗਰ ਉਹ ਬੋਤਲ ਨਾਲ ਦੁੱਧ ਪਿੰਦੇ ਤੇ ਉਹ ਸੋ ਜਾਂਦੇ ਨੇ ਲੇਕਿਨ ਫਿਰ ਮਲਮਲ ਦਾ ਕਪੜਾ ਲੋ ਉਹਨੂੰ ਪਾਣੀ ਦੇ ਵਿੱਚ ਡਿਪ ਕਰੋ ਆਪਣੀ ਉਂਗਲੀ ਦੇ ਅਰਾਊਂਡ ਉਹਨੂੰ ਘੁਮਾ ਕੇ ਬੱਚਿਆਂ ਦੇ ਜਿਹੜੇ ਦੰਦਾਂ ਉੱਤੇ ਉਹਦੇ ਉੱਤੇ ਅੱਛੀ ਤਰ੍ਹਾਂ ਉਹਦੀ ਕਲੀਨਿੰਗ ਕਰ ਦੋ ਤਾਂ ਕਿ ਹਾਂ ਤਾਂ ਕਿ ਕੋਈ ਵੀ ਉਹਦੇ ਤੇ ਪਰਤ ਚਿਪਕੀ ਨਾ ਰਹਿ ਜਾਏ ਖਾਣ ਦੀ ਕਹਿਣ ਦਾ ਮਤਲਬ ਡਾਕਟਰ ਸਾਹਿਬ ਵੱਲੋਂ ਇਹ ਇਹ ਸੁਝਾਇਆ ਖਾਸ ਤੌਰ ਤੇ ਕਿ ਰਾਤ ਨੂੰ ਬਰਸ਼ ਜਿਹੜਾ ਆ ਆਪਣੇ ਦੰਦਾਂ ਦੀ ਸਫਾਈ ਜ਼ਰੂਰ ਕਰਨੀ ਹੈ ਔਰ ਇਹ ਲਾਜ਼ਮੀ ਹੈ ਜੇਕਰ ਅਸੀਂ ਆਪਣਾ ਹੱਸਾ ਜਿਹੜਾ ਬਚਾਉਣਾ ਚਾਹੁੰਨੇ ਔਰ ਖੂਬਸੂਰਤ ਦੰਦ ਜਿਹੜੇ ਆ ਉਹ ਬਚਾਉਣੇ ਚਾਹੁੰਨੇ ਆ ਜ਼ਿੰਦਗੀ ਦੇ ਸਵਾਦ ਇਹਦੇ ਨਾਲ ਜੁੜੇ ਹੋਏ ਨੇ ਔਰ ਇਹਨਾਂ ਸਵਾਦਾਂ ਨੂੰ ਬਰਕਰਾਰ ਰੱਖਣ ਦੇ ਵਾਸਤੇ ਦੰਦਾਂ ਦਾ ਬਰਕਰਾਰ ਰਹਿਣਾ ਜ਼ਰੂਰੀ ਹੈ ਉਹਦੇ ਵਾਸਤੇ ਗੱਲਬਾਤ ਚੱਲ ਰਹੀ ਹੈ ਔਰ ਕਈ ਵਾਰ ਆਮ ਤੌਰ ਤੇ ਵੀ ਦੇਖਿਆ ਕਿ ਜਿਹੜੇ ਦੁੱਧ ਦੇ ਦੰਦ ਹੁੰਦੇ ਨੇ ਉਹ ਜਿਸ ਉਮਰ ਦੇ ਵਿੱਚ ਡਿੱਗਣੇ ਚਾਹੀਦੇ ਨੇ ਚਲੇ ਜਾਣੇ ਚਾਹੀਦੇ ਨੇ ਉਹ ਜਾਂਦੇ ਨਹੀਂ ਕਿਉਂਕਿ ਹੁਣ ਅਸੀਂ ਗੰਨੇ ਚੂਪਣੇ ਬੰਦ ਕਰ ਦਿੱਤੇ ਆ ਹੋਰ ਬਹੁਤ ਸਾਰੀਆਂ ਸਖਤ ਚੀਜ਼ਾਂ ਜਿਹੜੀਆਂ ਉਹ ਖਾਣੀਆਂ ਬੰਦ ਕਰ ਦਿੱਤੀਆਂ ਤੇ ਇਹ ਦੁੱਧ ਦੇ ਦੰਦ ਉੱਥੇ ਟਿਕੇ ਰਹਿੰਦੇ ਆ ਜਾਂਦੇ ਨਹੀਂ ਫਿਰ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਢਾਉਣਾ ਚਾਹੀਦਾ ਹਾਂਜੀ ਹੁਣੇ ਮੈਂ ਦੱਸਿਆ ਤੁਹਾਨੂੰ ਕਿ ਉਹ ਬੈਟਰ ਹੁੰਦਾ ਕਿ ਜੇ ਆਪਣੇ ਟਾਈਮ ਤੇ ਅਗਰ ਸੁਪੋਜ਼ 7-8 ਸਾਲ ਦੀ ਉਮਰ ਤੱਕ ਵੀ ਮਾਬਪ ਕਹਿੰਦੇ ਨਹੀਂ ਤੇ ਦੰਦ ਤਾਂ ਆ ਹੀ ਨਹੀਂ ਹਜੇ ਤੱਕ ਠੀਕ ਹੈ ਲੇਕਿਨ ਜਦੋਂ ਅਸੀਂ ਐਕਸ-ਰੇ ਕਰੀਦਾ ਦੰਦ ਹਲੇ ਹੀ ਪਏ ਹੁੰਦੇ ਆ ਅੱਛਾ ਜੀ ਦੁੱਧ ਦੇ ਦੰਦਾਂ ਨੇ ਉਹਨਾਂ ਨੂੰ ਰੋਕਿਆ ਹੁੰਦਾ ਉਹੀ ਤੁਹਾਨੂੰ ਦੱਸਿਆ ਕਿ ਜਾਂ ਤਾਂ ਉਹਦੀ ਰੂਟ ਲੰਬੀ ਹੋਣੀ ਹੈ ਜਾਂ ਉਹ ਦੰਦ ਦੇ ਆਸ-ਪਾਸ ਹੱਡੀ ਸਖਤ ਹੋਣੀ ਹੈ ਜਿਸ ਦੇ ਕਰਕੇ ਕਿ ਉਹਨੂੰ ਡਿਗਨ ਉਹ ਡਿਗ ਨਹੀਂ ਰਿਹਾ ਨੈਚੁਰਲ ਵੇ ਨਾਲ ਠੀਕ ਹੈ ਅਸੀਂ ਐਡਵਾਈਸ ਕਰੀਦਾ ਕਿ ਬੱਚਾ ਨੂੰ ਹਾਰਡ ਫਰੂਟ ਖਿਲਾਓ ਡਾਇਰੈਕਟ ਐਪਲ ਖਾਨ ਪੀਅਰਸ ਖਾਨ ਜਿੰਨਾ ਵੀ ਹਾਰਡ ਫਰੂਟ ਹੋਏਗਾ ਉਹਨੂੰ ਜਿੰਨਾ ਜ਼ਿਆਦਾ ਉਹ ਜਬਾਨ ਕੇ ਉਸ ਟਾਈਮ ਉਦੋਂ ਉਹਨਾਂ ਜਲਦੀ ਕਮਜ਼ੋਰ ਹੋ ਕੇ ਗਿਰੇਗਾ। ਅਗਰ ਫਿਰ ਵੀ ਨਹੀਂ ਗਿਰਦਾ ਫਿਰ ਉਹਨੂੰ ਸਰਜਿਕਲੀ ਸਾਨੂੰ ਕਲੀਨਿਕ 'ਚ ਕੱਢਣਾ ਹੀ ਪੈਂਦਾ। ਜੀ ਤੇ ਇਹ 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 ਸਾਡਾ ਪ੍ਰੋਗਰਾਮ ਜਿੱਥੇ ਵੱਡੇ ਵਡੇਰੇ ਦੇਖਦੇ ਨੇ ਉੱਥੇ ਬੱਚੇ ਵੀ ਦੇਖਦੇ ਹੋਣ ਤੇ ਉਹਨਾਂ ਨੂੰ ਵੀ ਅਸੀਂ ਦੱਸਾਂਗੇ ਕਿ ਤੁਸੀਂ ਡਾਕਟਰ ਸਾਹਿਬ ਦੀ ਸਲਾਹ ਦੇ ਮੁਤਾਬਕ ਜੜੀਆਂ ਚੀਜ਼ਾਂ ਨੇ ਫਲ ਨੇ ਜਿਹੜੇ ਸਖਤ ਨੇ ਅਮਰੂਦ ਸਖਤ ਹੈਗਾ। ਤੁਸੀਂ ਸੇਬ ਖਾ ਸਕਦੇ ਹੋ ਜਿਹਦੇ ਨਾਲ ਤੁਹਾਡੇ ਦੰਦਾਂ ਦੀ ਮਜ਼ਬੂਤੀ ਵੀ ਹੁੰਦੀ ਹੈ ਔਰ ਇੱਕ ਤੇ ਐਪਲ ਦੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਐਪਲ ਖਾਂਦੇ ਆ ਜਿਹੜਾ ਉਹਦੇ ਵਿੱਚ ਪਾਣੀ ਜਾਂ ਨਿਕਲਦਾ ਉਹ ਵੀ ਸਾਡੇ ਦੰਦਾਂ ਦੇ ਵਾਸਤੇ ਇੱਕ ਲੇਅਰ ਜੀ ਇੱਕ ਐਸੀ ਪੈਦਾ ਕਰਦਾ ਕਿ ਚੰਗਾ ਹੁੰਦਾ ਚੰਗਾ ਹੁੰਦਾ ਹਾਂਜੀ ਤੇ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਜੇਕਰ ਅਸੀਂ ਆਪਣੇ ਦੰਦਾਂ ਦੀ ਮਜ਼ਬੂਤੀ ਚਾਹੁੰਦੇ ਆ ਤੇ ਜੇਕਰ ਹੁਣ ਅਸੀਂ ਗੱਲ ਕਰੀਏ ਆਮ ਤੌਰ ਤੇ ਸਾਡੀ ਸਭ ਤੋਂ ਵੱਡੀ ਆਮ ਲੋਕਾਂ ਦੀ ਇੱਕ ਬਿਮਾਰੀ ਹੈ ਦੰਦ ਨੂੰ ਕੀੜਾ ਲੱਗ ਗਿਆ ਹੂੰ ਇਹ ਕੀੜਾ ਜਿਹੜਾ ਆ ਇਹ ਕੀ ਚੀਜ਼ ਆ ਸਰ ਐਕਚੁਅਲੀ ਕੀ ਹੁੰਦਾ ਹ ਹੁਣ ਅ ਅਗਰ ਕੋਈ ਅਸੀਂ ਗੰਦੀ ਜਗ੍ਹਾ ਰੱਖੀਏ ਉਥੇ ਇਹਦੇ ਕਾਈ ਜਮ ਜਾਂਦੀ ਏ ਠੀਕ ਹੈ ਹੌਲੀ ਹੌਲੀ ਉਹ ਖਰਾਬ ਹੋਣਾ ਸ਼ੁਰੂ ਹੁੰਦਾ ਚਾਹੇ ਉਹ ਜਿੰਨਾ ਮਰਜੀ ਚਾਹੇ ਚਿਪਸ ਹੋਵੇ ਚਾਹੇ ਮਾਰਬਲ ਆ ਅਸੀਂ ਘਰ ਆਪਣੇ ਲਗਾਉਂਦੇ ਆ ਜਦ ਤੱਕ ਉਸ ਜਗ੍ਹਾ ਦੀ ਸਫਾਈ ਨਹੀਂ ਕਰਾਂਗੇ ਤੇ ਨੈਚੁਰਲੀ ਉਹਦੇ ਤੇ ਪਰਤ ਜਮਦੀ ਰਹੇਗੀ ਤੇ ਹੁਣ ਇਹੀ ਅ ਦੰਦ ਦੇ ਉੱਪਰ ਵੀ ਜੇ ਕੋਈ ਪਰਤ ਚਿਪਕੀ ਰਹੀ ਗਈ ਜਾਂ ਖਾਣ ਪੀਣ ਜਾਂ ਦੰਦਾ ਦੀ ਸ਼ੇਪ ਹੂੰ ਐਕਚੁਅਲੀ ਜਿਹੜਾ ਕੀੜਾ ਲੱਗਣਾ ਹੁੰਦਾ ਇਹ ਬਹੁਤ ਸਾਰੇ ਫੈਕਟਰਸ ਤੇ ਡਿਪੈਂਡ ਕਰਦਾ ਹੈ ਇਹ ਖਾਲੀ ਇੱਕ ਫੈਕਟਰ ਨਹੀਂ ਹੁੰਦਾ ਇਹਦੇ ਉੱਤੇ ਲਾਈਕ ਅਗਰ ਦੰਦ ਦੀ ਸ਼ੇਪ ਬਹੁਤ ਜ਼ਿਆਦਾ ਡੀਪ ਗਰੂਵਸ ਹੁੰਦੇ ਨੇ ਸਾਡੇ ਦੰਦਾਂ ਦੇ ਅੰਦਰ ਅਗਰ ਉਹ ਡੀਪ ਹੈ ਉਹਦੇ ਤੇ ਮੈਟਰ ਕਰਦਾ ਹੈ ਦੰਦ ਦਾ ਸਾਈਜ਼ ਕੀ ਹੈ ਉਹਦੇ ਤੇ ਮੈਟਰ ਕਰਦਾ ਹੈ ਖਾਣ ਪੀਣ ਦੀ ਆਤਾਂ ਕੀ ਹੈ ਉਹਦੇ ਤੇ ਮੈਟਰ ਕਰਦਾ ਹੈ ਔਰ ਤੁਹਾਡੀ ਬਰਸ਼ਿੰਗ ਟੈਕਨੀਕ ਕਿੰਨੀ ਕੱਚੀ ਹੈ ਕਿੰਨੇ ਟਾਈਮ ਲਈ ਤੁਸੀਂ ਬਰਸ਼ ਕਰ ਰਹੇ ਹੋ ਜਾਂ ਕਿੰਨੇ ਤਰੀਕੇ ਨਾਲ ਬਰਸ਼ ਕਰ ਰਹੇ ਹੋ ਉਹ ਮੈਟਰ ਕਰਦਾ ਤੇ ਇਸ ਲਈ ਅਸੀਂ ਇੱਕ ਪੁਆਇੰਟ ਇਹ ਨਹੀਂ ਆ ਸਕਦਾ ਕਿ ਹਾਂ ਮੈਂ ਤਾਂ ਸੀ ਸਿਰਫ ਮਿੱਠਾ ਖਾਂਦਾ ਤੇ ਮੇਰੇ ਤਾਂ ਕਰਕੇ ਕੀੜਾ ਲੱਗਾ ਕਈ ਵਾਰੀ ਬਹੁਤ ਲੋਕ ਮਿੱਠਾ ਖਾਂਦੇ ਪਰ ਕੀੜਾ ਨਹੀਂ ਲੱਗਦਾ ਉਹਨਾਂ ਦਾ ਜੇ ਉਹ ਰਾਤ ਨੂੰ ਬਰਸ਼ ਕਰ ਰਹੇ ਨੇ ਫਿਰ ਲਾਜ਼ਮੀ ਹੈ ਕਿ ਉਹਨਾਂ ਨੂੰ ਕੀੜਾ ਜਲਦੀ ਨਹੀਂ ਲੱਗੇਗਾ ਪਰ ਥੋੜਾ ਬਹੁਤ ਵੇਅਰ ਐਂਡ ਟੇਅਰ ਹੁੰਦੀ ਰਹਿੰਦੀ ਹੈ ਸਾਡੇ ਸਟਰਕਚਰਸ ਦੀ ਜੇ ਅਸੀਂ ਉਹਦੀ ਦੇਖ ਰਹਿਕ ਨਹੀਂ ਕਰਾਂਗੇ ਉਹ ਜਿਹੜਾ ਕੀੜਾ ਹੁੰਦਾ ਉਹ ਇੱਕ ਤਰ੍ਹਾਂ ਦਾ ਉਸ ਪਾਰਟिकुलर ਪਾਰਟ ਨੂੰ ਜਿਹੜਾ ਸਾਡੀ ਬੈਕਟੀਰੀਅਲ ਐਕਟੀਵੇਸ਼ਨ ਹੁੰਦੀ ਹੈ ਉਹ ਉਹਨੂੰ ਖਰਾਬ ਕਰ ਦਿੰਦੀ ਹੈ ਉਹ ਜਗ੍ਹਾ ਨੂੰ ਖੋਖਲਾ ਕਰ ਦਿੰਦੀ ਹੈ ਠੀਕ ਹੈ ਉਹਦੇ ਛੋਟੇ ਛੋਟੇ ਬੈਕਟੀਰੀਆਜ਼ ਦੀ ਐਕਟੀਵੇਸ਼ਨ ਹੁੰਦੀ ਹੈ ਜਿਹਦੇ ਕਰਕੇ ਕੀ ਉਹਨੂੰ ਇਹ ਕਿਹਾ ਜਾਂਦਾ ਹੈ ਆਮ ਬੰਦਿਆਂ ਨੂੰ ਸਮਝਾਣ ਲਈ ਕਿ ਤੁਹਾਡੇ ਤਾਂ ਦੰਦ 'ਚ ਕੀੜਾ ਲੱਗ ਗਿਆ ਜੀ ਉਹ ਐਕਚੁਅਲੀ ਕੀੜਾ ਨਹੀਂ ਹੁੰਦਾ ਠੀਕ ਹੈ ਉਹ ਬੇਸਿਕਲੀ ਜਿਹੜੀ ਪਰਤ ਹੈ ਉਹ ਖਰਾਬ ਹੋਈ ਹੁੰਦੀ ਹੈ ਕਿਉਂਕਿ ਉੱਥੇ ਲਗਾਤਾਰ ਖਾਣੇ ਦਾ ਡਿਪੋਜ਼ਿਟ ਜਾਂ ਕਿਸੇ ਵੀ ਚੀਜ਼ ਦੀ ਪਏ ਰਹਿਣ ਕਰਕੇ ਜਾਂ ਦੰਦ ਦਾ ਸਟਰਕਚਰ ਡੀਪ ਹੋਣ ਕਰਕੇ ਜਲਦੀ ਉਹਦੇ ਮਤਲਬ ਕਈ ਵਾਰੀ ਕਲੀਨਿੰਗ ਨਹੀਂ ਠੀਕ ਕਰ ਪਾਉਂਦੇ ਉਹਦੇ ਕਰਕੇ ਉਹ ਚੀਜ਼ ਜਿਹੜੀ ਹੈ ਉਹ ਕਾਜ਼ ਕਰ ਦਿੰਦੇ ਬਿਲਕੁਲ ਜੀ ਜਿੱਦਾਂ ਲੋਹੇ ਦਾ ਵੀ ਕੋਈ ਸਮਾਨ ਬਾਹਰ ਪਿਆ ਰਹਿ ਜਾਵੇ ਧੁੱਪੇ ਜਾਂ ਬਰਸਾਤਾਂ ਦੇ ਵਿੱਚ ਉਹਨੂੰ ਜੰਗ ਲੱਗ ਜਾਂਦਾ ਹੈ ਇਹ ਸੇ ਤਰ੍ਹਾਂ ਨੂੰ ਵੀ ਕਹਿਆ ਜਾਂਦਾ ਵੀ ਸਾਡੇ ਵੀ ਦੰਦਾਂ ਨੂੰ ਜੰਗ ਲੱਗ ਜਾਂਦਾ ਇਹਨੂੰ ਬਚਾਉਣਾ ਚਾਹੀਦਾ ਔਰ ਕਈ ਵਾਰੀ ਆਮ ਤੌਰ ਤੇ ਦੇਖਿਆ ਗਿਆ ਮੈਨੂੰ ਕਈਆਂ ਨੇ ਵੀ ਇਹ ਸਲਾਹਾਂ ਵੀ ਦਿੱਤੀਆਂ ਲੋਕਾਂ ਦੇ ਕੋਲੋਂ ਵੀ ਸੁਣਿਆ ਹੁਣ ਤੁਹਾਡੀ ਕਿਉਂਕਿ ਤੁਸੀਂ ਮਾਹਰ ਹੋ ਤੁਹਾਡੀ ਵੀ ਸਲਾਹ ਲੈ ਲਈਏ ਆ ਲੋਕ ਕਹਿੰਦੇ ਨੇ ਕਿ ਜਿਹੜੇ ਟੌਫੀਆਂ ਖਾਣੇ ਅਸੀਂ ਜਾਂ ਮਿੱਠਾ ਖਾਣੇ ਜਾਂ ਕੋਈ ਚਾਕਲੇਟ ਖਾਣੇ ਉਹ ਥੋੜੀ ਦੇਰ ਬਾਅਦ ਸਾਡੇ ਸਲਾਈਵੇ ਦੇ ਨਾਲ ਹੌਲੀ ਹੌਲੀ ਦੰਦਾਂ ਦੇ ਵਿੱਚੋਂ ਨਿਕਲ ਜਾਂਦਾ ਪਰ ਜਿਹੜੇ ਡਰਾਈ ਫਰੂਟ ਅਸੀਂ ਖਾਣੇ ਉਹ ਡਰਾਈ ਫਰੂਟ ਬਹੁਤ ਦੇਰ ਤੱਕ ਉੱਤੇ ਫਸਿਆ ਰਹਿੰਦਾ ਸੋ ਮਿੱਠੇ ਦੇ ਨਾਲੋਂ ਡਰਾਈ ਫਰੂਟ ਸਾਨੂੰ ਜ਼ਿਆਦਾ ਨੁਕਸਾਨ ਦਾ ਹੈ ਕਿ ਤੁਸੀਂ ਕੀ ਕਹਿੰਦੇ ਹੋ ਹਾਂ ਪਰ ਡਰਾਈ ਫਰੂਟ ਦਾ ਐਵੇਂ ਹੈ ਕਿ ਉਹਦੇ ਅੰਦਰ ਜਿਹੜੇ ਪਦਾਰਥ ਨੇ ਉਹ ਤੁਹਾਡੇ ਨੁਕਸਾਨ ਨਹੀਂ ਕਰਦੇ ਹਮ ਰਾਈਟ ਬਟ ਠੀਕ ਹੈ ਕੋਈ ਵੀ ਚੀਜ਼ ਮੁਝ اٹਕੀ ਹੋਈ ਹੈ ਤੁਹਾਨੂੰ ਇਰੀਟੇਟ ਤਾਂ ਕਰੇਗੀ ਉਹਨੂੰ ਕਿਸੇ ਤਰੀਕੇ ਦਾ ਤੁਸੀਂ ਕੱਢ ਲੋਗੇ ਨੁਕਸਾਨ ਮਿੱਠੇ ਦਾ ਜ਼ਿਆਦਾ ਹੈ ਡਰਾਈ ਫਰੂਟਸ ਦਾ ਇਹਨਾਂ ਨੁਕਸਾਨ ਨਹੀਂ ਹੈ ਕਿਉਂਕਿ ਉਹ ਇੱਕ ਉਹਨਾਂ ਦੇ ਵਿੱਚ ਮੋਇਸਚਰਾਈਜ਼ਰ ਹੈ ਹੀ ਨਹੀਂ ਹੈ ਉਪ ਉਹ ਡਰਾਈ ਚੀਜ਼ ਹੈ ਠੀਕ ਹੈ ਜਿਹੜੇ ਜਿਨ੍ਹਾਂ ਦੇ ਵਿੱਚ ਮੋਇਸਚਰਾਈਜ਼ਰ ਹੁੰਦਾ ਨਾ ਉੱਥੇ ਜਿਹੜਾ ਹੈਗਾ ਬੈਕਟੀਰੀਆ ਜ਼ਿਆਦਾ ਗਰੋ ਕਰਦਾ ਹੈ ਜੀ ਸੋ ਇਹ ਕਹਿਣ ਦਾ ਮਤਲਬ ਹੈ ਕਿ ਸਾਨੂੰ ਮਿੱਠਾ ਥੋੜਾ ਜਿਹਾ ਹਿਸਾਬ ਦੇ ਨਾਲ ਚਾਕਲੇਟ ਟਾਫੀਆਂ ਜਿਹੜੀਆਂ ਬੱਚੇ ਖਾਂਦੇ ਨੇ ਉਹ ਬਿਲਕੁਲ ਹਿਸਾਬ ਦੇ ਨਾਲ ਤੇ ਹੋਰ ਵੀ ਜਿਹੜੀਆਂ ਚੀਜ਼ਾਂ ਬਾਜ਼ਾਰੂ ਅੱਜਕੱਲ ਖਾਂਦੇ ਨੇ ਉਹ ਬਿਲਕੁਲ ਹਿਸਾਬ ਕਿਤਾਬ ਦੇ ਨਾਲ ਖਾਣੇ ਚਾਹੀਦੀਆਂ ਤਾਂ ਕਿ ਉਹਨਾਂ ਦੇ ਦੰਦ ਜਿਹੜੇ ਆ ਉਹ ਬਚੇ ਰਹਿਣ ਤੇ ਹੁਣ ਗੱਲ ਕਰਦੇ ਆ ਵੀ ਮੰਨ ਲਓ ਜੇ ਹੁਣ ਕੀੜਾ ਲੱਗ ਹੀ ਗਿਆ ਹੁਣ ਅਸੀਂ ਡਾਕਟਰ ਦੇ ਕੋਲ ਜਾਣਾ ਤੇ ਡਾਕਟਰ ਸਾਹਿਬ ਸਾਡੇ ਉਹ ਦੰਦ ਜਾਂ ਦਾੜ ਨੂੰ ਬਚਾ ਸਕਦੇ ਆ ਕਿਵੇਂ ਬਚਾਉਣਗੇ ਕਿਦਾਂ ਸਾਡੀ ਉਹ ਅਸਲੀ ਦੰਦ ਜਾਂ ਦਾੜ ਜਿਹੜੀ ਹੈ ਉਹ ਬਚੀ ਰਵੇ ਦੇਖੋ ਜਦੋਂ ਹੁਣ ਕਿਹੜੀ ਸਟੇਜ ਤੇ ਸਾਡੇ ਕੋਲ ਪੇਸ਼ੈਂਟ ਆ ਰਿਹਾ ਉਹ ਡਿਪੈਂਡ ਕਰਦਾ ਹੈ ਕਿ ਨੋਰਮਲ ਚੈੱਕਅਪ ਲਈ ਆ ਰਹੇ ਨੇ ਤਾਂ ਸਾਨੂੰ ਕੋਈ ਦਿਖ ਜਾਂਦੀ ਉਹਨਾਂ ਦੇ ਮੂੰਹ ਤੇ ਵਿੱਚ ਕਿਹੜਾ ਲੱਗਾ ਹੈ ਜਾਂ ਸਟਾਰਟਿੰਗ ਹੈ ਕਿ ਹਲੇ ਕੋਈ ਖਾਣਾ ਨਹੀਂ ਫਸਦਾ ਬਟ ਸਟਿਲ ਪਿੰਪੁਆਇੰਟ ਇੱਕ ਬਲੈਕ ਸਪੌਟ ਹੈਗਾ ਜੇ ਉਹ ਪੇਸ਼ੈਂਟ ਟਰਸਟ ਕਰ ਲੈਂਦਾ ਤੇ ਉਹਨੂੰ ਉਸੇ ਟਾਈਮ ਭਰਾ ਲੈਂਦਾ ਤੇ ਉਹ ਇੱਕ ਸੁਪਰਫਿਸ਼ੀਅਲ ਹੈ ਔਰ ਬਿਲਕੁਲ ਪੇਨਲੈਸ 노 ਬਲੱਡ 노 ਇੰਜੈਕਸ਼ਨ ਕੋਈ ਕਿਸੇ ਚੀਜ਼ੀ ਲੋੜ ਨਹੀਂ ਸਾਨੂੰ ਉਹ ਉਸੇ ਟਾਈਮ ਉਹਨਾਂ ਨੂੰ ਭਰ ਕੇ ਨਾਲ ਹੀ ਭੇਜ ਦੇਦਾ ਫਿਰ ਇੱਕ ਹੁੰਦਾ ਕਿ ਮੈਂ ਮੇਰੇ ਬਾਰ ਬਾਰ ਜੀ ਖਾਣਾ ਫਸਦਾ ਹੈ ਮੇਰੇ ਇਧਰ ਵੀ ਖਾਣਾ ਫਸਦਾ ਮੇਰੇ ਅਧਰ ਵੀ ਟੂਥਪਿਕ ਫਿਰ ਉਹਦੇ ਹਿਸਾਬ ਨਾਲ ਅਸੀਂ ਦੇਖੀਦਾ ਕਿ ਕਿੰਨੀ ਡੀਪ ਹੈ ਜੋ ਉਹਦੇ ਚ ਸਾਨੂੰ ਕਈ ਵਾਰੀ ਇੰਨੀ ਡੀਪ ਹੁੰਦੀ ਹੈ ਕਿ ਅਸੀਂ ਕੈਲਸ਼ੀਅਮ ਲੇਅਰ ਲਗਾ ਕੇ ਜਾਂ ਉਹਨੂੰ ਫਿਰ ਉਹਦੇ ਉੱਪਰ ਹੋਰ ਦੋ ਤਿੰਨ ਬੇਸਿਸ ਬਣਾ ਕੇ ਫਿਰ ਦੰਦ ਨੂੰ ਉੱਪਰ ਬਣਾਈਦਾ ਹੈ ਜੀ ਫਿਰ ਹੁੰਦੀ ਹੈ ਦਰਦ ਵਾਲੀ ਸਟੇਜ ਅਗਰ ਉਹ ਕੈਵਿਟੀ ਵੀ ਹੈ ਲੇਕਿਨ ਉਹਨੂੰ ਅਸੀਂ ਜਦੋਂ ਪੇਸ਼ੈਂਟ ਨੂੰ ਪੇਨ ਵੀ ਨਹੀਂ ਹੈ ਲੇਕਿਨ ਅਸੀਂ ਜਦੋਂ ਉਹਨੂੰ ਕਾਲੀਦਾ ਖਾਲੀ ਕਰੀਦਾ ਹੈ ਤੇ ਪੇਸ਼ੈਂਟ ਨੂੰ ਉਸ ਟਾਈਮ ਹੀ ਸੈਂਸਿਟੀਵਿਟੀ ਸ਼ੁਰੂ ਹੋ ਜਾਂਦੀ ਹੈ ਜੀ ਪੇਸ਼ੈਂਟ ਨੂੰ ਲੱਗਦਾ ਹੈ ਸ਼ਾਇਦ ਡਾਕਟਰ ਨੇ ਕ੍ਰੀਏਟ ਕਰ ਦਿੱਤੀ ਪਰ ਹੁੰਦਾ ਕਿ ਜਿਹੜੀ ਸੌਫਟਵੇਅਰ ਹੁੰਦੀ ਹੈ ਨਾ ਉਹਨੂੰ ਅਰੈਸਟਡ ਕੇਰੀਜ਼ ਬੋਲਦੇ ਨੇ ਉਹ ਅਰੈਸਟਡ ਕੇਰੀਜ਼ ਨੇ ਆਲਰੇਡੀ ਉਹਨੂੰ ਬਚਾਇਆ ਹੁੰਦਾ ਉਹਦੇ ਉੱਪਰ ਸੌਫਟ ਕੇਰੀਜ਼ ਨੂੰ ਅਸੀਂ ਹਟਾਈਦਾ ਤੇ ਇੱਕਦਮ ਡਿਪ ਸਾਡਾ ਆ ਜਾਂਦਾ ਤੇ ਉਹ ਰੂਟ ਕੈਨਲ ਤੱਕ ਦੀ ਉਹਦੀ ਨੌਬਤ ਆ ਸਕਦੀ ਹੈ ਜੀ ਰੂਟ ਕਨਾਲ ਤੱਕ ਦੀ ਜਿਹੜੀ ਨੌਬਤ ਆ ਇਹ ਇਹ ਆਖਰ ਵਾਲਾ ਜਿਹੜਾ ਕਹਿੰਦੇ ਕਿ ਆਖਰ ਦੇ ਵਿੱਚ ਸਾਡਾ ਦੰਦ ਬਚਾਉਣ ਦਾ ਜਿਹੜਾ ਇਹ ਉਦੋਂ ਮੌਕਾ ਬਣ ਜਾਂਦਾ ਰੂਟ ਕਨਾਲ ਬਾਰੇ ਵੀ ਅਸੀਂ ਚੰਗੀ ਤਰ੍ਹਾਂ ਦੇ ਨਾਲ ਡਾਕਟਰ ਸਾਹਿਬ ਦੇ ਕੋਲੋਂ ਗੱਲਬਾਤ ਕਰਾਂਗੇ ਕਿਉਂਕਿ ਉਹਦੇ ਬਾਰੇ ਵੀ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਔਰ ਉਹ ਸਵਾਲ ਤੁਹਾਡੇ ਅਸੀਂ ਜ਼ਰੂਰ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਫਿਲਹਾਲ ਡਾਕਟਰ ਸਾਹਿਬ ਇਸ ਵੇਲੇ ਤੁਹਾਡੇ ਵਾਸਤੇ ਤੇ ਦਰਸ਼ਕਾਂ ਦੇ ਵਾਸਤੇ ਅਸੀਂ ਗੀਤ ਦਿਖਾ ਰਹੇ ਹਾਂ ਉਸ ਤੋਂ ਬਾਅਦ ਮੁੜ ਚਰਚਾ ਦੇ ਵਿੱਚ ਆਪਾਂ ਸ਼ਾਮਲ ਹੋਵਾਂਗੇ ਗੀਤ ਬਾਦ ਇੱਕ ਵਾਰ ਮੁੜ ਤੁਹਾਡਾ ਸਵਾਗਤ ਗੱਲਾਂ ਤੇ ਗੀਤ ਵਿੱਚ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਔਰ ਅੱਜ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ ਡਾਕਟਰ ਮੀਨਲ ਬੁੱਧੀ ਰਾਜਾ ਜੀ ਦੇ ਨਾਲ ਔਰ ਬਹੁਤ ਸਾਰੇ ਗੱਲਾਂ ਬਾਤਾਂ ਅਸੀਂ ਦੰਦਾਂ ਦੀਆਂ ਬਿਮਾਰੀਆਂ ਦੇ ਸੰਬੰਧ ਵਿੱਚ ਕੀਤੀਆਂ ਨੇ ਔਰ ਡਾਕਟਰ ਸਾਹਿਬ ਜਿਥੇ ਦੰਦਾਂ ਦੇ ਨਾਲ ਨਾਲ ਕਾਸਮਟੋਲੋਜੀ ਬਾਰੇ ਵੀ ਬਹੁਤ ਕੁਝ ਸਾਨੂੰ ਦੱਸਦੇ ਨੇ ਔਰ ਦੱਸਣਗੇ ਵੀ ਅੱਲੇ ਔਰ ਨਾਲ ਦੀ ਨਾਲ ਜੇਕਰ ਅਸੀਂ ਗੱਲ ਕਰੀਏ ਰੂਟ ਕਨਲ ਤੇ ਸਾਡੀ ਗੱਲ ਗਈ ਸੀ ਕਿ ਰੂਟ ਕਨਲ ਜਿਹੜੀ ਆ ਆਖਰੀ ਸਾਡਾ ਹਥਿਆਰ ਆ ਆਪਣੀ ਅਸਲੀ ਦਾੜ ਨੂੰ ਬਚਾਉਣ ਦਾ ਇਹ ਕਿੰਨਾ ਕੁ ਸਫਲ ਤੇ ਕਾਰਗਰ ਜਿਹੜਾ ਇਹ ਸਾਡਾ ਟ੍ਰੀਟਮੈਂਟ ਆ ਸਰ ਇਕੋ ਹੀ ਤਰੀਕਾ ਹੈ ਰੂਟ ਕੈਨਲ ਜੇ ਅਸੀਂ ਆਪਣੇ ਦੰਦਾਂ ਨੂੰ ਬਚਾਣਾ ਹੈ ਜਦੋਂ ਉਹਦਾ ਕੀੜਾ ਕੀੜਾ ਜਿਹੜਾ ਹੈ ਦੰਦ ਦੀ ਨਸ ਤੱਕ ਲੱਗ ਜਾਂਦਾ ਹੈ ਔਰ ਪੇਸ਼ੈਂਟ ਨੂੰ ਲਗਾਤਾਰ ਪੇਨ ਹੁੰਦੀ ਹੈ ਰਾਤੀ ਨੀਂਦ ਖਰਾਬ ਹੁੰਦੀ ਹੈ ਰਾਤ ਨੂੰ ਜਾਗਣਾ ਪੈਂਦਾ ਦੋ ਦਿਨ ਚ ਤਿੰਨ ਤਿੰਨ ਚਾਰ ਚਾਰ ਪੇਨ ਕਿਲਰਸ ਲੈਂਦੇ ਨੇ ਉਹਨਾਂ ਨੂੰ ਲੱਗਦਾ ਪੇਨ ਕਿਲਰ ਖਾਵਾਂਗੇ ਤਾਂ ਠੀਕ ਹੋ ਜਾਏਗਾ ਸਾਨੂੰ ਸ਼ਾਇਦ ਰੂਟ ਕੈਨਲ ਤੋਂ ਅਸੀਂ ਬਚ ਜਾਾਂਗੇ ਪਰ ਫਿਰ ਵੀ ਉਹਦਾ ਜਿਹੜਾ ਉਹ ਟੈਂਪਰੇਰੀ ਪੇਨ ਕਿਲਰ ਹੁੰਦੇ ਨੇ ਉਹਦਾ ਜਿਹੜਾ ਪਰਮਨੈਂਟ ਇਲਾਜ ਹੈ ਰੂਟ ਕੈਨਲ ਹੀ ਹੈ। ਹੂੰ ਰੂਟ ਕੈਨਲ ਉਦੋਂ ਹੀ ਲੋੜ ਪੈਂਦੀ ਹੈ ਜਦੋਂ ਸਾਡੇ ਦੰਦ ਦਾ ਜਿਹੜਾ ਕੀੜਾ ਹੈ ਉਹ ਜਿਹੜੇ ਸਾਡੀ ਨਸ ਦੇ ਅੰਦਰ ਚਲਾ ਜਾਂਦਾ ਤੇ ਉਹਨੂੰ ਵੀ ਉਧਰ ਵੀ ਇਨਫੈਕਸ਼ਨ ਕਰ ਦਿੰਦਾ ਹੈ। ਤੇ ਜਿਹੜੀਆਂ ਛੋਟੀਆਂ-ਛੋਟੀਆਂ ਨਸਾਂ ਹੁੰਦੀਆਂ ਦੰਦਾਂ ਦੇ ਅੰਦਰ ਉਹ ਜਦੋਂ ਇਨਫੈਕਟਡ ਹੋ ਜਾਂਦੀਆਂ ਤੇ ਉਦੋਂ ਸਾਨੂੰ ਕਰਨਾ ਹੀ ਪੈਂਦਾ ਹੈ। ਜੀ ਔਰ ਇਹੀ ਇੱਕ ਕਾਮਯਾਬ ਤਰੀਕਾ ਹੈ। ਹੂੰ ਹੂੰ ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਕਿ ਕਈ ਦੰਦਾਂ ਦੇ ਵਿੱਚ ਇੱਕ ਨਸ ਹੁੰਦੀ ਹੈ, ਕਈਆਂ ਦੇ ਵਿੱਚ ਦੋ ਨਸਾਂ ਹੁੰਦੀਆਂ, ਕਈਆਂ ਦੇ ਵਿੱਚ ਤਿੰਨ ਤੇ ਚਾਰ ਤੋਂ ਲੈ ਕੇ ਪੰਜ ਨਸਾਂ ਵੀ ਸਾਨੂੰ ਮਿਲ ਸਕਦੀਆਂ ਹਨ ਦਾੜਾਂ ਦੇ ਵਿੱਚ ਤੇ ਜਦੋਂ ਸਾਡੀਆਂ ਉਹ ਨਸਾਂ ਪੂਰੀਆਂ ਸਾਨੂੰ ਲੋਕੇਟ ਹੋ ਗਈਆਂ ਹਨ ਔਰ ਅਸੀਂ ਉਹਨਾਂ ਨੂੰ ਪ੍ਰੋਪਰ ਕਲੀਨ ਕਰਕੇ ਉਹਨਾਂ ਨੂੰ ਫਿਲ ਕਰਤਾ ਤੇ ਉਹ ਦੰਦ ਸਾਡਾ ਕਿਦਰੇ ਨਹੀਂ ਜਾਂਦਾ ਜੀ ਬਟ ਐਵੇਂ ਕਿ ਉਹਦੇ ਉੱਤੇ ਉਸ ਤੋਂ ਬਾਅਦ ਹੂੰ ਰੂਟ ਕੈਨਲ ਤੋਂ ਬਾਅਦ ਦੰਦ ਜਿਹੜਾ ਸਾਡਾ ਥੋੜਾ ਬ੍ਰਿਟਲ ਹੋ ਜਾਂਦਾ ਹੈ ਕੱਚਾ ਹੋ ਜਾਂਦਾ ਹੈ ਹੁਣ ਸਾਨੂੰ ਉਹਦੇ ਉੱਤੇ ਕੈਪਿੰਗ ਕਰਵਾਉਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਨਹੀਂ ਤਾਂ ਦੰਦ ਦੇ ਫ੍ਰੈਕਚਰ ਹੋਣ ਦੇ ਚਾਂਸਸ ਹੁੰਦੇ ਨੇ ਫਿਰ ਉਹ ਸਾਡਾ ਰੂਟ ਕੈਨਲ ਕੀਤਾ ਵੀ ਦੰਦ ਖਰਾਬ ਹੋ ਜਾਂਦਾ ਜੀ ਉਹਦੇ ਬਾਅਦ ਸੇ ਕੈਪਿੰਗ ਜ਼ਰੂਰੀ ਹੈ ਬਿਲਕੁਲ ਕਿਉਂਕਿ ਅੰਦਰੋਂ ਤਾਂ ਸਾਰਾ ਖਾਲੀ ਹੋਇਆ ਹੁੰਦਾ ਜੀ ਤੇ ਜੇਕਰ ਹੁਣ ਅਸੀਂ ਗੱਲ ਕਰੀਏ ਕਈ ਵਾਰ ਐਕਸੀਡੈਂਟ ਹੋ ਜਾਂਦੇ ਨੇ ਜਾਂ ਉਹੀ ਬੰਦਾ ਤੁਰਿਆ ਜਾਂਦਾ ਕੋਈ ਡਿੱਗ ਪਿਆ ਕੋਈ ਬੱਚਾ ਡਿੱਗ ਪਿਆ ਦੰਦ ਟੁੱਟ ਜਾਂਦੇ ਨੇ ਡਿੱਗ ਜਾਂਦੇ ਨੇ ਦੰਦ ਉਸ ਵੇਲੇ ਕੀ ਇਲਾਜ ਹੈਗਾ ਕਿ ਉਹੀ ਦੰਦ ਦੁਬਾਰਾ ਫਿਕਸ ਕੀਤੇ ਜਾ ਸਕਦੇ ਨੇ ਹਾਂਜੀ ਬਿਲਕੁਲ ਜੇ ਉਹ 1 ਘੰਟੇ ਦੇ ਅੰਦਰ ਅੰਦਰ ਉਹਨੂੰ ਪਾਣੀ 'ਚ ਪਾ ਕੇ ਜਾਂ ਉਹਨੂੰ ਦੁੱਧ ਦੇ ਵਿੱਚ ਪਾ ਕੇ ਉਹ ਦੰਦ ਸਾਡੇ ਕੋਲ ਲੈ ਆਂਦੇ ਨੇ ਜੇ ਪੂਰਾ ਦੰਦ ਨਿਕਲਿਆ ਰੂਟ ਦੇ ਸਮੇਤ ਤੇ ਜੇ ਉਹਨਾਂ ਨੂੰ ਮਿਲ ਗਿਆ ਉਹ ਦੰਦ ਵਨ ਪੀਸ ਤੇ ਉਹਨੂੰ ਅਗਰ ਉਹ ਕਿਸੇ ਵੀ ਕੈਰੀਅਰ ਦੇ ਵਿੱਚ ਲੈਣ ਲਿਕੁਇਡ ਦੇ ਵਿੱਚ ਤੇ ਉਹ ਦੰਦ ਅਸੀਂ ਵਾਪਿਸ ਉਹਨਾਂ ਦੇ ਕਲੀਨ ਕਰਕੇ ਵਾਸ਼ ਕਰਕੇ ਉਹਨਾਂ ਨੂੰ ਅਸੀਂ ਵਾਪਿਸ ਪਲੇਸ ਕਰ ਸਕਦੇ ਹਾਂ ਜੀ ਤੇ ਕਿਹੜਾ ਮਤਲਬ ਕਿ ਇਹ ਇਸ ਦੇ ਵਿੱਚ ਕੋਈ ਔਂਕੜਾ ਕੋਈ ਕਿਸੇ ਤਰ੍ਹਾਂ ਦੀ ਸਮੱਸਿਆਵਾਂ ਆ ਸਕਦੀਆਂ ਉਹਨਾਂ ਨੂੰ ਅਸੀਂ ਨਹੀਂ ਸਮੱਸਿਆ ਕੋਈ ਨਹੀਂ ਆਉਂਦੀ ਉਸ ਤੋਂ ਬਾਅਦ ਅਸੀਂ ਉਹ ਦੰਦ ਜਦੋਂ ਲਗਾ ਦਈਦੇ ਉਹਨਾਂ ਨੂੰ ਆਪਸ ਵਿੱਚ ਸਪਲਿੰਟ ਕਰ ਦਈਦਾ ਉਹਨਾਂ ਨੂੰ ਜੋੜ ਦਈਦਾ ਠੀਕ ਹੈ ਨਾ ਜਿਹੜੇ ਉਹਨਾਂ ਦੇ ਮਜ਼ਬੂਤ ਦੰਦ ਹੁੰਦੇ ਨੇ ਉਹਨਾਂ ਨਾਲ ਟਾਈਪ ਕਰ ਦਈਦਾ ਜੀ ਤੇ ਉਹਨਾਂ ਨੂੰ ਜਦੋਂ ਅਸੀਂ ਟਾਈ ਕਰਕੇ ਛੋੜ ਦਈਦਾ ਉਹਦੇ ਤੇ ਨੈਚੁਰਲੀ ਜਿਹੜੇ ਫਾਈਬਰਸ ਹੁੰਦੇ ਨੇ ਸਾਡੇ ਦੰਦਾਂ ਦੇ ਉਹ ਬੰਨੇ ਸ਼ੁਰੂ ਹੋ ਜਾਂਦੇ ਨੇ ਤੇ ਦੰਦ ਵਾਪਸ ਆਪਣੀ ਜਗ੍ਹਾ ਤੇ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਮਹੀਨਾ ਦੋ ਮਹੀਨਾ ਪ੍ਰੋਸੈਸ ਲੈਂਦਾ ਹੈ ਜੀ ਔਰ ਜੇਕਰ ਅਸੀਂ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਹਦੀ ਜਿਹੜੀ ਆ ਸਮਾਈਲ ਜਿਹੜੀ ਆ ਉਹਦਾ ਹਾਸਾ ਜਿਹੜਾ ਉਹ ਹਾਸਾ ਨਿਹਰਾ ਪਤਾਸਾ ਬਣ ਜਵੇ ਸੋਹਣਾ ਲੱਗੇ ਸਾਰਿਆਂ ਨੂੰ ਔਰ ਕਿਉਂਕਿ ਇਹ ਹੱਸਣਾ ਜਿਹੜਾ ਆ ਇਹ ਬੜਾ ਚੰਗੀ ਗੱਲ ਆ ਹੱਸਦਾ ਹੋਇਆ ਹਰ ਇੱਕ ਇਨਸਾਨ ਸੋਹਣਾ ਲੱਗਦਾ ਹੈ ਭਾਵੇਂ ਕਿਸੇ ਵੀ ਮੁਲਕ ਦਾ ਹੋਵੇ ਕਿਸੇ ਵੀ ਖੇਤੇ ਦਾ ਹੋਵੇ ਸੋ ਹੱਸਦੇ ਰਹਿਣਾ ਚਾਹੀਦਾ ਹੈ ਖੂਬਸੂਰਤ ਹਾਸਾ ਬਣਾਉਣ ਦੇ ਵਾਸਤੇ ਅੱਜ ਜਿਹੜਾ ਇੱਕ ਨਵਾਂ ਕਨਸੈਪਟ ਆ ਜਿਹੜਾ ਸਮਾਈਲ ਦਾ ਜਿਹੜਾ ਨਵਾਂ ਕਨਸੈਪਟ ਤੁਸੀਂ ਲੈ ਕੇ ਆਏ ਹੋ ਇਹ ਕੀ ਚੀਜ਼ ਆ ਸੋ ਐ ਤਾਂ ਦੇਖੋ ਸਮਾਈਲ ਡਿਜ਼ਾਈਨਿੰਗ ਬੋਲੀ ਦੇਨ ਨੂੰ ਕਿ ਇਹ ਆ ਰਾਉਂਡ ਇੱਕ ਹੁੰਦਾ ਕਿ ਜਿਨ੍ਹਾਂ ਦੇ ਬੱਚਿਆਂ ਦੇ ਟੇਡੇ ਮੇਡੇ ਦੰਦ ਨੇ ਉਹਨਾਂ ਦੇ ਵਿੱਚ ਅਸੀਂ ਬ੍ਰੇਸਸ ਦੇ ਨਾਲ ਉਹਨਾਂ ਨੂੰ ਠੀਕ ਕਰ ਸਕਦੇ ਹਾਂ ਅਲਾਈਨਰਸ ਅੱਜ ਕੱਲ ਟੈਕਨੀਕ ਆ ਗਈ ਹੈ ਉਹ ਇਨਵੀਜੀਬਲ ਬ੍ਰੇਸਸ ਹੁੰਦੇ ਆ ਉਹਨਾਂ ਦੇ ਨਾਲ ਠੀਕ ਕਰ ਸਕਦੇ ਹਾਂ ਉਹ ਕੇਸ ਸਪੈਸੀਫਿਕ ਹੁੰਦੀਆਂ ਚੀਜ਼ਾਂ ਤੇ ਜਿਹੜੀ ਅਗਰ ਦੇਖਿਆ ਜਾਏ ਅਡਲਟਸ ਦੇ ਵਿੱਚ ਕੋਈ ਕਿਸੇ ਨੂੰ ਪਾਨ ਖਾਣ ਦੀ ਆਦਤ ਹੈ ਜਾਂ ਕੁਛ ਹੈ ਡਿਸਕਲਰਡ ਹੋਗੇ ਦੰਦ ਜਾਂ ਬਹੁਤ ਜ਼ਿਆਦਾ ਦੰਦਾਂ ਨੂੰ ਖੜੀਚਣ ਦੀ ਆਦਤ ਹੁੰਦੀ ਹੈ ਤੇ ਦੰਦਾਂ ਦੀ ਲੈਂਥ ਛੋਟੀ ਹੋ ਜਾਂਦੀ ਹੈ ਦੰਦ ਉੱਪਰ-ਨੀਚੇ ਸ਼ਾਰਪ ਹੋ ਜਾਂਦੇ ਉਹਨਾਂ ਦੇ ਵਿੱਚ ਅਸੀਂ ਸਮਾਈਲ ਡਿਜ਼ਾਈਨਿੰਗ ਕਰੀਦਾ ਹੈ ਜਾਂ ਤਾਂ ਕਰਾਊਨਸ ਲਗਾ ਕੇ ਠੀਕ ਹੈ ਜਾਂ ਫਿਰ ਇੱਕ ਹੁੰਦੇ ਵਿਨियर्स ਹਮ ਡਿਪੈਂਡ ਕਰਦਾ ਹੈ ਕੇਸ ਕੀ ਹੈ ਜੀ ਉਹ ਕੇਸ ਸਟੱਡੀ ਕਰਨ ਤੋਂ ਬਾਅਦ ਹੀ ਡਿਸਾਈਡ ਕਰਦਾ ਕਿ ਅਸੀਂ ਐਕਚੁਅਲ ਐਸ ਪੇਸ਼ੈਂਟ ਦੇ ਵਿੱਚ ਕਰਨਾ ਕੀ ਹੈ ਕਰਨਾ ਚਾਹੀਦਾ ਠੀਕ ਹੈ ਕਈਆਂ ਦੇ ਦੰਦਾਂ ਦੀ ਪੋਜੀਸ਼ਨ ਸੇ ਇਦਾਂ ਦੀ ਹੁੰਦੀ ਹੈ ਕਿ ਸਾਨੂੰ ਕੈਪ ਲਗਾਏ ਵੀ ਨਾ ਅਸੀਂ ਉਹਨਾਂ ਦੇ ਦੰਦ ਅ ਅ ਸਮਾਈਲ ਡਿਜ਼ਾਈਨਿੰਗ ਨਹੀਂ ਕਰ ਸਕਦੇ ਕਈਆਂ ਦੇ ਦੰਦਾਂ ਦੇ ਸਿਰਫ ਗੈਪਸ ਹੁੰਦੇ ਨੇ ਉਹਨਾਂ ਦੇ ਵਿੱਚ ਅਸੀਂ ਵਿਨੀਅਰਸ ਵਿਨੀਅਰਸ ਹੁੰਦੇ ਨੇ ਕਿ ਦੰਦ ਦੀ ਉੱਪਰ ਦੀ ਲੇਅਰ ਨੂੰ ਥੋੜਾ ਜਿਹਾ ਘਸਾਇਆ ਉਹਨਾਂ ਦਾ ਨਾਪ ਲੀਤਾ ਤੇ ਉਹਨਾਂ ਦੀ ਬਾਹਰ ਦੀ ਲੇਅਰ ਨੂੰ ਲੈਮੀਨੇਟ ਕਰ ਦਿੱਤਾ ਅਕੋਰਡਿੰਗ ਟੂ ਦਾ ਕਲਰ ਜੀ ਕਿ ਉਹ ਵਾਈਟ ਚਾਹੁੰਦੇ ਨੇ ਜਾਂ ਉਹ ਇੱਕ ਨੈਚੁਰਲ ਕਲਰ ਚਾਹੁੰਦੇ ਜਿੱਦਾਂ ਦੇ ਵੀ ਚਾਹੁੰਦੇ ਜਾਂ ਮਿਲਕੀ ਵਾਈਟ ਚਾਹੁੰਦੇ ਉਹਦੇ ਹਿਸਾਬ ਨਾਲ ਅਸੀਂ ਉਹ ਪਰਤ ਉਹਨਾਂ ਦੇ ਉੱਤੇ ਪਲੇਸ ਕਰ ਦਈਦੀ ਆ ਉਹਨਾਂ ਨੂੰ ਕਹਿੰਦੇ ਡੈਂਟਲ ਵਿਨੀਅਰਸ ਜੀ ਤੇ ਜੇਕਰ ਤੁਸੀਂ ਗੱਲ ਕੀਤੀ ਹੈ ਕਿ ਦੰਦ ਕਰੀਚਣਾ ਬੱਚੇ ਵੀ ਕਰੀਚਦੇ ਨੇ ਸਿਆਣੇ ਵੀ ਨੇ ਤੇ ਮੈਨੂੰ ਤੇ ਮੇਰੇ ਘਰ ਦੇ ਕਹਿੰਦੇ ਤੂੰ ਵੀ ਕਰੀਚਦਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਦੰਦ ਕਰੀਚਣਾ ਇਹ ਕਿਉਂ ਕਿਉਂ ਸ਼ੁਰੂ ਹੋ ਜਾਂਦਾ ਸਰ ਦੇਖੋ ਇੱਕ ਤਾਂ ਸਟ्रेस ਇਹਦੇ ਲਈ ਬਹੁਤ ਮੇਨ ਫੈਕਟਰ ਹੈ ਠੀਕ ਹੈ ਔਰ ਇੱਕ ਮਤਲਬ ਬਹੁਤ ਜ਼ਿਆਦਾ ਸਾਈਕੋਲੋਜੀਕਲੀ ਡਿਸਟਰਬ ਰਹਿਣਾ ਸੋਚਣਾ ਕਰਨਾ ਐਂਜ਼ਾਇਟੀ ਠੀਕ ਹੈ ਇਹ ਸਭ ਜਿਹੜੇ ਫੈਕਟਰਸ ਨੇ ਉਹਦੇ ਕਰਕੇ ਦੰਦ ਪੇਸ਼ੈਂਟ ਅਨਨੋਇੰਗਲੀ ਕਰੀਚਦਾ ਜਿਵੇਂ ਰਾਤੀ ਸੌਣ ਟਾਈਮ ਠੀਕ ਹੈ ਜਾਂ ਫਿਰ ਬਹੁਤ ਜ਼ੋਰ ਦੀ ਜਿਹਨੂੰ ਖਾਂ ਕਈ ਵਾਰੀ ਆਦਤ ਹੁੰਦੀ ਹੈ ਕੁਝ ਸੋਚਦੇ ਹੋਏ ਕੋਈ ਖਾਂਦਾ ਹੈ ਉਸ ਟਾਈਮ ਵੀ ਦੰਦਾਂ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਪੈਂਦਾ ਤੇ ਜਿਹੜਾ ਕਿੜੀਚਣਾ ਹੁੰਦਾ ਹੈ ਬੇਸਿਕਲੀ ਤਾਂ ਸਾਈਕੋਲੋਜੀਕਲ ਪ੍ਰੋਬਲਮ ਹੀ ਹੈ ਔਰ ਇਹਦਾ ਇਲਾਜ ਹੈ ਨਾਈਟ ਗਾਰਡ ਅਸੀਂ ਪੇਸ਼ੈਂਟਸ ਨੂੰ ਐਡਵਾਈਸ ਕਰੀਦਾ ਕਿ ਤੁਸੀਂ ਇੱਕ ਸਿਲੀਕਨ ਸ਼ੀਟ ਦੇ ਨਾਲ ਬਣਾਉਂਦੇ ਆ ਅਸੀਂ ਨਾਈਟ ਗਾਰਡ ਉਹ ਨਾਈਟਗਾਰਡ ਉਹ ਪਾਨਗੇ ਉਹਦੇ ਨਾਲ ਕੀ ਹੋਏਗਾ ਇੱਕ ਬੈਰੀਅਰ ਦਾ ਕੰਮ ਕਰੇਗਾ ਉੱਪਰ ਤੇ ਥੱਲੇ ਦੰਦਾ ਦੇ ਵਿੱਚ ਆਪਸ ਦੇ ਵਿੱਚ ਇੱਕ ਗੈਪ ਕ੍ਰੀਏਟ ਕਰਕੇ ਰੱਖੇਗਾ ਉਹਦੀ ਥਿਕਨੈਸ ਮੈਟਰ ਕਰਦੀ ਹੈ ਕਿ ਅਸੀਂ ਕਿਹ ਥਿਕਨੈਸ ਰੱਖਣੀ ਹੈ ਕਿ ਪੇਸ਼ੈਂਟ ਨੇ ਕਿੰਨਾ ਨੁਕਸਾਨ ਕਰ ਲਿਆ ਆਪਣਾ 1mm ਤੋਂ ਲੈ ਕੇ 3mm ਦੇ ਗੈਪ ਦੇ ਵਿੱਚ ਅਸੀਂ ਉਹ ਸ਼ੀਟ ਬਣਾਈ ਦੀ ਹੈ ਉਹ ਜਿਹੜਾ ਬੈਰੀਅਰ ਜਦੋਂ ਬਣ ਜਾਂਦਾ ਹੈ ਉਹਦੇ ਨਾਲ ਕੜੀਚਨਾ ਬੰਦ ਹੋ ਜਾਂਦਾ ਹਾਂ ਬਿਲਕੁਲ ਆਪਸ ਚ ਫ੍ਰਿਕਸ਼ਨ ਹੋਣੀ ਨਹੀਂ ਦੰਦਾ ਨੇ ਆਪਸ ਨਹੀਂ ਮਿਲਣਾ ਇੱਕ ਗੈਪ ਕ੍ਰੀਏਟ ਹੋ ਜਾਣਾ ਤੇ ਉਹ ਗੈਪ ਦੇ ਰਿ ਸਿਲੀਕਨ ਗੈਪ ਹੋਏਗਾ ਉਹ ਸੌਫਟ ਵੀ ਰਹੇਗਾ ਜੀ ਔਰ ਕੰਫਰਟੇਬਲ ਵੀ ਰਹੇਗਾ ਡਿਪੈਂਡ ਕਰਦਾ ਉੱਪਰ ਦਾ ਬਣਾਣਾ ਹੈ ਕਿ ਨੀਚੇ ਦਾ ਬਣਾਣਾ ਹੈ ਉਹਦੇ ਲਈ ਵੀ ਫਿਰ ਸਾਨੂੰ ਦੰਦਾ ਦੀ ਹਾਈਟ ਦੰਦਾ ਦੀ ਲੈਂਥ ਹੋਣੀ ਸਾਡੇ ਕੋਲ ਜ਼ਰੂਰੀ ਹੈ ਤਾਂ ਕਿ ਉਹ ਟ੍ਰੇ ਵੀ ਉਹਦੇ ਉੱਪਰ ਬੈਠ ਸਕੇ ਜੀ ਇਹ ਇਹ ਇੱਕ ਪਰਮਨੈਂਟ ਇਲਾਜ ਹੈ ਜਾਂ ਕੋਈ ਹੋਰ ਵੀ ਇਸ ਦਾ ਇਲਾਜ ਹੋ ਸਕਦਾ ਨਹੀਂ ਪਰਮਨੈਂਟ ਇਲਾਜ ਨਹੀਂ ਹੈ ਇਹ ਇੱਕ ਉਹਨਾਂ ਦਾ ਪ੍ਰੀਵੈਂਟਿਵ ਹੈ ਯੂ ਪ੍ਰੀਵੈਂਟ ਕਰ ਸਕਦੇ ਨੇ ਉਸ ਚੀਜ਼ ਤੋਂ ਬਚ ਸਕਦੇ ਨੇ ਠੀਕ ਹੈ ਐਟਲੀਸਟ ਜਦੋਂ ਮਤਲਬ ਸੌਣਗੇ ਸੌਣ ਟਾਈਮ ਹੀ ਪਾਣੀ ਹੈ ਬਾਕੀ ਉਹਨੂੰ ਫਿਰ ਪੂਰਾ ਦਿਨ ਉਤਾਰ ਕੇ ਰੱਖਦੇ ਨਹੀਂ ਹੈ ਉਹ ਇੱਕ ਤਰ੍ਹਾਂ ਦਾ ਸਾਡੇ ਮਸਲ ਦੇ ਵਿੱਚ ਥੋੜਾ ਜਿਹਾ ਮਸਲ ਨੂੰ ਵੀ ਕੰਟ੍ਰੈਕਟ ਕਰੇਗਾ ਤੇ ਉਹਦੇ ਨਾਲ ਮਸਲ ਸਾਡੀ ਜਿਹੜੀ ਹੈ ਉਹ ਫੈਲੇਗੀ ਤੇ ਜਿਹੜਾ ਪ੍ਰੈਸ਼ਰ ਹੈ ਦੰਦਾਂ ਦਾ ਉਹ ਆਪਸ ਚ ਘਟ ਜਾਏਗਾ ਜੀ ਇਹਦੇ ਚ ਇੱਕ ਚੀਜ਼ ਹੋਰ ਕਰੀਦੀ ਹੈ ਜਿਵੇਂ ਮੈਂ ਬੀਇੰਗ ਕੋਸਮੈਟੋਲੋਜੀ ਜੀ ਦੇ ਵਿੱਚ ਵੀ ਆ ਤੇ ਅਸੀਂ ਕੀ ਕਰੀਦਾ ਜਿਹੜੀ ਸਾਡੀ ਵੱਡੀ ਮਸਲ ਹੁੰਦੀ ਹੈ ਜਵਾਰੇ ਦੀ ਅਸੀਂ ਇਹਦੇ ਵਿੱਚ ਬੋਟੌਕਸ ਦੇ ਇੰਜੈਕਸ਼ਨਸ ਦੇ ਦਿੰਦੇ ਆ ਅੱਛਾ ਉਹਦੇ ਨਾਲ ਵੀ ਪੇਸ਼ੈਂਟ ਜਦੋਂ ਜ਼ੋਰ ਪਾਉਂਦਾ ਤੇ ਦੰਦਾ ਉੱਤੇ ਜ਼ੋਰ ਘਟ ਜਾਂਦਾ अच्छा वो भी एक बचावदा तरीका है इंजेक्शन ये देने जबाड़े ਦੇ ਵਿੱਚ ਜਬਾੜੇ ਜਬਾੜੇ ਦੇ ਬਾਹਰ ਮਸਲ ਦੇ ਵਿੱਚ ਸਬਾਹਰੋਂ ਦੇਨੇ ਹਾਂ ਬਾਹਰੋਂ ਦੇਨੇ ਆ ਇੰਨੇ ਏਰੀਆ ਦੇ ਵਿੱਚ ਮਸਲ ਦੇ ਵਿੱਚ ਇੰਜੈਕਸ਼ਨ ਦੇ ਦਿਆ ਉਹ ਮਸਲ ਦੀ ਐਕਟੀਵਿਟੀ ਨੂੰ ਪੈਰਾਲਾਈਜ਼ ਕਰ ਦਿੰਦਾ ਸਾਰਟ ਆਫ ਠੀਕ ਹੈ ਲੇਕਿਨ ਉਹ ਪੇਸ਼ੈਂਟ ਠੀਕ ਰਹਿੰਦਾ ਕੋਈ ਇਨਾ ਕੋਈ ਮਤਲਬ ਬਹੁਤ ਡਰਨ ਵਾਲਾ ਕੰਮ ਨਹੀਂ ਹੁੰਦਾ ਲੇਕਿਨ ਇਹ ਵੈ ਕਿ ਉਹਦੇ ਨਾਲ ਪੇਸ਼ੈਂਟ ਦੀ ਜਿਹੜੀ ਮਸਲ ਦੀ ਐਕਟੀਵਿਟੀ ਹੈ ਉਹ ਜ਼ਿਆਦਾ ਵੀ ਜ਼ੋਰ ਪਾਏਗਾ ਉਹਦੇ ਨਾਲ ਉਹਨਾਂ ਦਾ ਉਹ ਜ਼ੋਰ ਘਟ ਜਾਏਗਾ ਮਸਲ ਦੀ ਐਕਟੀਵੇਸ਼ਨ ਕਾਫੀ ਹੱਦ ਤੱਕ ਘੱਟ ਹੋ ਜਾਏਗੀ ਜੇ ਤੁਹਾਡੇ ਜਿਹੜੇ ਦੰਦ ਕੜੀਚਨੇ ਜਾਂ ਦੰਦਾਂ ਉਤੇ ਜ਼ੋਰ ਪੈਣਾ ਉਹਦੇ ਨਾਲ ਜਿਹੜੇ ਦੰਦ ਖਸਦੇ ਨੇ ਉਹ ਕਾਫੀ ਹੱਦ ਤੱਕ ਬਚਾਅ ਵਿਚ ਰਹੇ ਜੀ ਜੇ ਜੇਕਰ ਆਪਾਂ ਇੰਜੈਕਸ਼ਨ ਲਗਵਾਉਨੇ ਤਾਂ ਉਹ ਇੱਕ ਇੰਜੈਕਸ਼ਨ ਦਾ ਕਿੰਨੀ ਕੁ ਦੇਰ ਤੱਕ ਅਸਰ ਰਹਿੰਦਾ ਹੈ ਹਾਂ ਉਹ ਐਕਚੁਅਲੀ ਜਿਹੜਾ ਹੈਗਾ ਆਰਾਊਂਡ 8 ਤੋਂ 10 ਮਹੀਨੇ ਤੱਕ ਦਾ ਅਸਰ ਹੁੰਦਾ ਉਹਨਾਂ ਦਾ ਫਿਰ ਰਿਪੀਟ ਕਰਾਉਣਾ ਪੈਂਦਾ ਕਈ ਵਾਰੀ ਜ਼ਿਆਦਾ ਵੀ ਨਿਕਲ ਜਾਂਦਾ ਹੂੰ ਹੂੰ ਕਈ ਵਾਰੀ ਘੱਟ ਵੀ ਨਿਕਲ ਜਾਂਦਾ ਹੂੰ ਹੂੰ ਇਹ ਅਗੇਨ ਪੇਸ਼ੈਂਟ ਉਸ ਚੀਜ਼ ਦਾ ਕਿੰਨਾ ਜਲਦੀ ਵੇਰੀਐਂਟਇਰ ਹੋ ਰਿਹਾ ਹੈ ਉਹਦੇ ਹਿਸਾਬ ਨਾਲ ਵੀ ਪੇਸ਼ੈਂਟ ਪੇਸ਼ੈਂਟ ਵੇਰੀਏਟ ਕਰਦਾ ਹੈ ਬਟ ਮੇਨਲੀ ਅਸੀਂ ਅਰਾਊਂਡ 8 ਟੂ 10 ਮੰਥਸ ਦਾ ਗੈਪ ਪੰਜ ਤੋਂ ਬਾਅਦ ਹੀ ਕਹੀਦੇ ਹਾਂ ਜੀ ਹੁਣ ਗੱਲ ਕਰਦੇ ਹਾਂ ਕਿ ਕਈ ਵਾਰ ਤਾਂ ਜਦੋਂ ਆਮ ਤੌਰ ਤੇ ਆਪਾਂ ਦੇਖਿਆ ਕਿ ਦਾੜਾਂ ਨੂੰ ਉੱਪਰੋਂ ਕੀੜੇ ਨੇ ਖਾ ਲਿਆ ਜਾਂ ਕੁਝ ਵੀ ਹੋ ਗਿਆ ਕਈ ਵਾਰ ਹੁੰਦਾ ਮਸੂੜੇ ਵਾਲੇ ਪਾਸਿਓਂ ਮਾਸ ਦੰਦ ਛੱਡ ਦਿੰਦਾ ਜਾਂ ਮਸੂੜੇ ਦੰਦਾਂ ਨੂੰ ਛੱਡ ਦਿੰਦੇ ਨੇ ਉੱਥੇ ਵਿੜ ਲ ਆ ਜਾਂਦੀ ਹੈ ਉੱਥੇ ਥਾਂ ਖਾਲੀ ਹੋ ਜਾਂਦੀ ਹੈ ਇਹ ਇਹਦਾ ਕੀ ਚੱਕਰ ਹੈ ਕੀ ਕਾਰਨ ਹੈ ਇਤੇ ਸਰ ਦੇਖੋ ਇੱਕ ਜਿਵੇਂ ਸਾਡਾ ਸਲਾਈਵਾ ਹੈ ਉਹ ਲਗਾਤਾਰ ਕੰਮ ਕਰ ਰਿਹਾ ਮੂਹ ਦੇ ਵਿੱਚ ਠੀਕ ਹੈ ਉਹਦੇ ਵਿੱਚ ਅਸੀਂ ਜੋ ਵੀ ਖਾ ਪੀ ਰਹੇ ਹਾਂ ਉਹ ਦੰਦਾਂ ਦੇ ਵਿੱਚ ਘਰ ਜਾ ਕੇ ਜਮਾ ਹੋ ਰਿਹਾ ਹੁਣ ਉਹਦੇ ਨਾਲ ਜਿਹੜਾ ਐਸਿਡਿਕ ਰਿਐਕਸ਼ਨ ਹੋ ਰਿਹਾ ਸਾਡੇ ਸਲਾਈਵਾ ਤੇ ਉਹ ਫੂਡ ਦਾ ਮਿਲ ਕੇ ਉਹ ਕੀ ਕਰਦਾ ਇੱਕ ਕਰੇੜਾ ਟਾਈਪ ਬਣਾ ਦਿੰਦਾ ਉੱਥੇ ਪਰ ਪਲਾਕ ਹੁੰਦੀ ਪਹਿਲੇ ਸੌਫਟ ਲੇਅਰ ਫਿਰ ਜਦੋਂ ਅਸੀਂ ਉਹ ਸੌਫਟ ਲੇਅਰ ਨੂੰ ਪ੍ਰੋਪਰ ਕਲੀਨ ਨਹੀਂ ਕਰਦੇ ਤਾਂ ਉਹ ਕਰੇੜਾ ਜਮਦਾ ਜਾਂਦਾ ਉਹ ਕਰੇੜਾ ਜਿਹੜਾ ਹੁੰਦਾ ਉਹ ਥੋੜਾ ਹਾਰਡ ਸਟੋਨੀ ਸਟਰਕਚਰ ਹੁੰਦਾ ਉਹ ਕੀ ਕਰਦਾ ਕਿ ਸਾਡੇ ਜਿਹੜੇ ਹੱਡੀ ਐ ਉਹਨੂੰ ਹੌਲੀ ਹੌਲੀ ਆਪਣੀ ਜਗ੍ਹਾ ਬਣਾਣ ਲਈ ਹੱਡੀ ਨੂੰ ਖੁਰਨਾ ਸ਼ੁਰੂ ਕਰ ਦਿੰਦਾ ਅਗੇਨ ਹੁਣ ਉਹਦੇ ਚ ਵੀ ਥੋੜੇ ਬੈਕਟੀਰੀਅਲ ਇਲੈਕਸ਼ਨਸ ਹੋ ਰਹੇ ਨੇ ਉਹ ਜਿਹੜਾ ਬੈਕਟੀਰੀਆ ਖੁਰਦਾ ਖਾਂਦਾ ਰਹਿੰਦਾ ਥੋੜਾ ਥੋੜਾ ਸਾਡੀ ਹੱਡੀ ਨੂੰ ਦੰਦ ਦੇ ਸਟਰਕਚਰ ਨੂੰ ਮਸੂੜੇ ਨੂੰ ਥੋੜਾ ਥੋੜਾ ਥੱਲੇ ਕਰਦਾ ਰਹਿੰਦਾ ਉਹ ਉਹ ਐਕਚੁਅਲੀ ਗੈਪ ਕ੍ਰੀਏਟ ਕਰ ਦਿੰਦਾ ਫਿਰ ਜਦੋਂ ਅਸੀਂ ਦੰਦਾਂ ਦੀ ਸਫਾਈ ਕਰਾਈਦੀ ਐ ਤੇ ਲੱਗਦਾ ਕਿ ਲੈ ਇਹ ਤਾਂ ਤੁਸੀਂ ਮੇਰਾ ਦੰਦ ਹੀ ਕੱਢ ਦਿੱਤਾ ਹਾਲਾਂਕਿ ਉਹ ਮੋਟੀ ਲੇਅਰ ਜਿਹੜੀ ਹੁੰਦੀ ਹੈ ਉਹ ਉੱਥੇ ਪਈ ਹੁੰਦੀ ਹੈ ਜਿਹੜੀ ਕਿ ਤੁਹਾਨੂੰ ਨੁਕਸਾਨ ਕਰ ਰਹੀ ਹੈ ਉਹਦੇ ਵਿੱਚ ਕੋਈ ਵੀ ਇਦਾਂ ਦੀ ਕੋਈ ਮਤਲਬ ਜ਼ਰੂਰਤ ਦੀ ਚੀਜ਼ ਨਹੀਂ ਹੈ ਜਿਹੜੀ ਸੀ ਉਹਨੂੰ ਛੱਡੀਏ ਜੀ ਉਹ ਮੈਂ ਪੇਸ਼ੈਂਟਸ ਨੂੰ ਐਕਸਪਲੇਨ ਕਰਦੀ ਆ ਕਿਸ ਤਰੀਕੇ ਕਿ ਜਿਹੜੇ ਸਾਡੇ ਕਿਡਨੀ ਸਟੋਨਸ ਹੁੰਦੇ ਨੇ ਗਾਲ ਬਲੇਡਰ ਸਟੋਨਸ ਹੁੰਦੇ ਨੇ ਸਾਨੂੰ ਉਦੋਂ ਪਤਾ ਚੱਲਦਾ ਹੈ ਜਦੋਂ ਸਾਨੂੰ ਕੋਈ ਦਰਦ ਹੁੰਦੀ ਹੈ ਜਾਂ ਸਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਪੇਸ਼ੈਂਟ ਅਵੇਅਰ ਹੁੰਦੇ ਨੇ ਐਕਸ-ਰੇਸ ਕਰਾਉਂਦੇ ਨੇ ਜਾਂ ਆਪਣੇ ਸਕੈਨਿੰਗ ਕਰਾਉਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਸਾਡੇ ਹੈ ਪ੍ਰੋਬਲਮ ਬਿਲਕੁਲ ਦੰਦਾ ਦੇ ਤਾਂ ਸਾਨੂੰ ਮੂੰਹ 'ਚ ਨਜ਼ਰ ਆ ਰਿਹਾ ਹੈ ਤੁਸੀਂ ਹਰ ਟਾਈਮ ਖੋਲਦੇ ਮੂੰਹ ਆਪਣਾ ਬਰਸ਼ ਕਰਦੇ ਹੋ ਤੁਹਾਨੂੰ ਪਤਾ ਬਲੀਡਿੰਗ ਹੁੰਦੀ ਹੈ ਠੀਕ ਹੈ ਤੁਹਾਨੂੰ ਪਹਿਲੇ ਸਾਈਨਸ ਹੀ ਨਜ਼ਰ ਆ ਜਾਂਦੇ ਨੇ ਉਸ ਟਾਈਮ ਹੀ ਜੇ ਉਹ ਅਪਰੋਚ ਕਰ ਲੈਣ ਡੈਂਟਿਸਟ ਨੂੰ ਤੇ ਉਹਨਾਂ ਦਾ ਇਹ ਜਿਹੜਾ ਮਸੂੜਿਆਂ ਦਾ ਥੱਲੇ ਜਾਣਾ ਗੈਪ ਆਣਾ ਉਹ ਸਭ ਐਵੋਇਡ ਹੋ ਸਕਦਾ ਜੀ ਉਹ ਸਭ ਚੀਜ਼ਾਂ ਅਸੀਂ ਇਹ ਕਹਿੰਦੇ ਕਿ ਤੁਸੀਂ ਦੇਖੋ ਇਹ ਉਹੀ ਪੱਥਰ ਹੁੰਦਾ ਜੋ ਕਿ ਆਲਮੋਸਟ ਸਾਡੇ ਇਕੁਇਲੈਂਟ ਟੂ ਉਹੀ ਕੈਲਕੂਲੇਸ਼ਨ ਦਾ ਜੋ ਸਾਡੇ ਕਿਡਨੀ ਆ ਬਲਡਰਸ ਚ ਹੁੰਦਾ ਜੀ ਦੰਤਾਂ ਦੀ ਸਫਾਈ ਦੀ ਜਿਹੜਾ ਤੁਸੀਂ ਗੱਲ ਕੀਤੀ ਹੈ ਦੰਤਾਂ ਦੀ ਸਫਾਈ ਕਈ ਵਾਰ ਕਰਵਾਉਣ ਚੱਲ ਜਾਂਦੇ ਨੇ ਲੋਕ ਸਫਾਈਆਂ ਕਰਵਾਉਂਦੇ ਨੇ ਦੰਦ ਸਾਫ਼ ਵੀ ਹੋ ਜਾਂਦੇ ਨੇ ਮੁੜ ਕੇ ਤੱਤਾ ਠੰਡਾ ਲੱਗਣ ਲੱਗ ਪੈਂਦਾ ਫਿਰ ਲੋਕ ਡਾਕਟਰ ਨੂੰ ਕਹਿੰਦੇ ਨੇ ਕਿ ਨੇ ਇਲਾਜ ਸਹੀ ਨਹੀਂ ਕੀਤਾ ਸਹੀ ਦੰਤਾਂ ਦੀ ਸਫਾਈ ਦਾ ਟ੍ਰੀਟਮੈਂਟ ਕੀ ਹੈ ਕੀ ਕੀ ਕਰਨਾ ਪੈਂਦਾ ਦੇਖੋ ਜਦੋਂ ਅਸੀਂ ਉਹ ਕ੍ਰੀੜਾ ਹਟਾਈਦਾ ਹੈ ਉਹ ਸਾਡੀ ਜਿਹੜੀ ਮਸ਼ੀਨ ਹੁੰਦੀ ਹੈ ਅਲਟਰਾਸੋਨਿਕ ਮਸ਼ੀਨ ਹੁੰਦੀ ਹੈ ਉਹਦੇ ਨਾਲ ਥੋੜੀਆਂ ਵਾਈਬ੍ਰੇਸ਼ਨਸ ਹੁੰਦੀਆਂ ਉਹ ਅਸੀਂ ਮਸ਼ੀਨ ਰੱਬ ਕੀਤੀ ਹੈ ਨੈਚੁਰਲੀ ਤੁਹਾਡਾ ਸਟਰਕਚਰ ਥੋੜਾ ਜਿਆਦਾ ਰਫ ਹੋਇਆ ਹੈ ਅਸੀਂ ਉਸ ਤੋਂ ਬਾਅਦ ਫਲੋਰਾਈਡ ਪਾਲਿਸ਼ਿੰਗ ਵੀ ਕਰ ਦਈਦੀ ਹੈ ਥੋੜੀ ਹੱਦ ਤੱਕ ਪੇਸ਼ੈਂਟ ਨੂੰ ਰਿਲੀਫ ਮਿਲ ਜਾਂਦਾ ਹੈ ਬਟ ਉਹ ਕਈ ਵਾਰੀ ਕੀ ਹੁੰਦਾ ਹੈ ਗੈਪ ਆਨ ਨਾਲ ਪੇਸ਼ੈਂਟ ਦੇ ਦੋ ਦੰਦਾਂ ਦੇ ਵਿੱਚ ਗੈਪ ਆਨ ਦੇ ਕਰਕੇ ਉਹਨਾਂ ਨੂੰ ਲੱਗਦਾ ਕਿ ਹੁਣ ਨੈਚੁਰਲੀ ਜਿਹੜੀ ਸਾਡਾ ਖਾਣ ਪੀਣ ਹੈ ਉਹ ਸਾਡੇ ਉਸ ਲੇਅਰ ਉੱਤੇ ਪਹਿਲੇ ਇੱਕ ਲੇਅਰ ਸੀਗੀ ਥੇ ਉਹ ਹਟਾਤੀ ਆਪਾਂ ਹੁਣ ਉਹਦੇ ਉੱਪਰ ਡਾਇਰੈਕਟ ਜਾ ਕੇ ਉਹ ਲੱਗ ਰਿਹਾ ਠੀਕ ਹੈ ਜੀ ਉਹ ਜਦੋਂ ਡਾਇਰੈਕਟ ਲੱਗਦਾ ਤਾਂ ਥੋੜੇ ਦਿਨ ਪੇਸ਼ੈਂਟ ਨੂੰ ਐਟ ਲੀਸਟ ਟਿਲ 48 ਆਰਸ ਟੂ 72 ਆਰਸ ਉਹਨਾਂ ਨੂੰ ਠੰਡਾ ਗਰਮ ਲੱਗੇਗਾ ਪਰ ਉਹਦੇ ਲਈ ਫਿਰ ਅਸੀਂ ਉਹਨਾਂ ਨੂੰ ਪੇਸਟ ਦੇ ਦਿੰਦੀਆਂ ਮਾਊਥਵਾਸ਼ ਦੇ ਦਿੰਦੇ ਐ ਸਪੈਸ਼ਲੀ ਗਮ ਮ사ਜ ਲਈ ਉਹਨਾਂ ਨੂੰ ਬਹੁਤ ਐਡਵਾਈਸ ਕਰੀਦਾ ਕਿ ਜਦੋਂ ਜਿਹੜੀਆਂ ਪੇਸਟ ਹੁੰਦੀਆਂ ਉਹ ਮੈਡੀਕੇਟਡ ਹੁੰਦੀਆਂ ਡਿਪੈਂਡ ਕਰਦਾ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਠੰਡਾ ਗਰਮ ਨਾਲ ਲੱਗੇਗਾ ਔਰ ਉਹ ਜਿਹੜੀ ਲੇਅਰ ਉਹ ਬਣਾ ਦਿੰਦੀਆਂ ਨੇ ਪੇਸ਼ ਜਿਵੇਂ ਨੋਵਾ ਮਾਈਂਡ ਡਰਗ ਹੋ ਗਿਆ ਜਾਂ ਕੁਝ ਹੋ ਗਿਆ ਉਹ ਲੇਅਰ ਬਹੁਤ ਅੱਛੀ ਇੱਕ ਬਣਾ ਦਿੰਦੇ ਨੇ ਉਹਦੇ ਨਾਲ ਕਾਫੀ ਹੱਦ ਤੱਕ ਬਚਾਅ ਹੋ ਜਾਂਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਫਾਈ ਕਰਨ ਤੋਂ ਬਾਅਦ ਕੀ ਤੁਹਾਡੇ ਟ੍ਰੀਟਮੈਂਟ ਦੇ ਵਿੱਚ ਵੀ ਕੋਈ ਲੇਅਰ ਜਾਂ ਕੋਈ ਪਾਲਿਸ਼ਿੰਗ ਦੰਦਾਂ ਨੂੰ ਕੀਤੀ ਜਾਂਦੀ ਹੈ ਹਾਂ ਜੀ ਅਸੀਂ ਫਲੋਰਾਈਡ ਲੇਅਰ ਲਗਾਈ ਦੀ ਹੈ ਪ੍ਰੋਪਰ ਉਹਦੇ ਨਾਲ ਪੇਸ਼ੈਂਟ ਨੂੰ ਕਾਫੀ ਹੱਦ ਤੱਕ ਬਚਾਅ ਹੋ ਜਾਂਦਾ ਹੂੰ ਹੂੰ ਉਹਦੇ ਨਾਲ ਇੱਕ ਉਹਨਾਂ ਨੂੰ ਸਟਰੈਂਥ ਵੀ ਮਿਲਦੀ ਹੈ ਦੰਦਾਂ ਦੀ ਉਹ ਵੀ ਜੀ ਜੀ ਤੇ ਜੇਕਰ ਹੁਣ ਅਸੀਂ ਗੱਲ ਕਰੀਏ ਕਿ ਬਰਸ਼ ਕਰਨਾ ਇਹ ਸਾਰਿਆਂ ਦੇ ਵਾਸਤੇ ਜ਼ਰੂਰੀ ਜਿਵੇਂ ਤੁਸੀਂ ਦੱਸਿਆ ਕਿ ਦੋ ਟਾਈਮ ਜੇਕਰ ਅਸੀਂ ਬਰਸ਼ ਕਰਦੇ ਹਾਂ ਤੇ ਬਹੁਤ ਚੰਗਾ ਰਹੂਗਾ ਸਾਡੇ ਦੰਦਾਂ ਦਾ ਵਿਚਾਰ ਹੋਊਗਾ ਬਰਸ਼ ਸਾਰੇ ਹੀ ਕਰਦੇ ਆ ਹਾਂਜੀ ਤੇ ਦੰਦ ਦੇ ਵੀ ਕਈਆਂ ਦੇ ਖਰਾਬ ਹੋ ਹੀ ਜਾਂਦੇ ਆ ਬਰਸ਼ ਕਰਨ ਦੇ ਬਾਵਜੂਦ ਬਿਲਕੁਲ ਇਹ ਦੰਦਾਂ ਨੂੰ ਬਰਸ਼ ਕਰਨ ਦਾ ਸਹੀ ਤਰੀਕਾ ਕੀ ਹੈ ਕਈ ਵਾਰ ਤਾਂ ਡਾਕਟਰ ਸਾਹਿਬ ਇਹ ਵੀ ਕਹਿੰਦੇ ਨੇ ਕਿ ਤੁਸੀਂ ਬ੍ਰਸ਼ਿੰਗ ਨਾ ਜ਼ਿਆਦਾ ਕਰ ਲਿਆ ਕਿਦਾਂ ਦਾ ਤਾਂ ਖਰਾਬ ਹੋ ਗਿਆ ਹਾਂ ਬਿਲਕੁਲ ਬਿਲਕੁਲ ਇਹ ਕੀ ਓਵਰ ਬ੍ਰਸ਼ਿੰਗ ਵੀ ਨੁਕਸਾਨ ਕਰਦੀ ਹੈ ਜੀ ਐਕਚੁਅਲੀ ਬ੍ਰਸ਼ ਜਿਹੜਾ ਉੱਪਰਲੇ ਦੰਦਾਂ ਲਈ ਉੱਪਰ ਤੋਂ ਲੈ ਕੇ ਥੱਲੇ ਉਪਰੋਂ ਦੇ ਥੱਲੇ ਆਉਣਾ ਚਾਹੀਦਾ ਹੈ ਤੇ ਜਿਹੜਾ ਥੱਲੇ ਵਾਲੇ ਦੰਦਾਂ ਦਾ ਨੀਚੇ ਜਿਹੜੇ ਜੇ ਅਸੀਂ ਥੱਲੋਂ ਦੇ ਉੱਪਰ ਲੈ ਜਾਵਾਂਗੇ ਤੇ ਸਾਡੇ ਮਸੂੜੇ दी पोजीशन खराब हो जाएगी मसूड़े जल्दी ऊपर जाना शुरू हो जाएंगे ते थल्ले वाले मसूड़े थल्ले आने शुरू हो जाएंगे ते हमेशा इस डायरेक्शन करना चाहिए ब्रश ठीक है नीचे वाले दंडाली ऊपर वाले दंडाली ऊपरों दी थल्ले आना चाहिए राइट और जिधर पीछे है ਪਿਛਲੇ ਦੰਦਾਂ ਦਾ ਉਹਨਾਂ ਨੂੰ ਹਮੇਸ਼ਾ ਰਾਉਂਡ ਮੂਵਮੈਂਟਸ ਦੇ ਵਿੱਚ ਕਰੋ ਕਦੀ ਵੀ ਐਦਾਂ ਹੌਰੀਜ਼ੋਂਟਲ ਨਹੀਂ ਕਰਨਾ ਜਾਂ ਬਹੁਤ ਜ਼ੋਰ ਦੀ ਲਗਾ ਕੇ ਬਰਸ਼ ਨਹੀਂ ਕਰਨਾ ਹਾਰਡ ਬਰਸ਼ ਨਹੀਂ ਕਰਨਾ ਜੀ ਬ੍ਰਿਸਲਸ ਉਹਦੇ ਪ੍ਰੋਪਰ ਚੈੱਕ ਕਰਕੇ ਫਿਰ ਯੂਜ਼ ਕਰਨਾ ਹੈ ਜਾਂ ਫਿਰ ਬੈਟਰੀ ਬਰਸ਼ਸ ਆ ਗਏ ਹੈ ਬੈਟਰੀ ਬਰਸ਼ਸ ਦੇ ਵਿੱਚ ਆਲਰੇਡੀ ਟੈਕਨੀਕ ਹੀ ਹੁੰਦੀ ਹੈ ਬਸ ਤੁਸੀਂ ਬਟਨ ਦਬਾਉਣਾ ਉਹਨਾਂ ਨੇ ਆਪਣੀ ਮੂਵਮੈਂਟ ਆਪਣੇ ਆਪ ਹੀ ਕਰਦੇ ਆ ਆਪਣੇ ਆਪ ਕਰਦੇ ਆ ਹਾਂ ਨਾ ਤਾਂ ਉਹਦੇ ਵਿੱਚ ਪ੍ਰੈਸ਼ਰ ਦੇਣ ਦੀ ਲੋੜ ਹੈ ਨਾ ਉਹਨਾਂ ਨੂੰ ਉਹਨਾਂ ਨੂੰ ਬਸ ਤੁਸੀਂ ਰੱਖਣਾ ਤੇ ਉਹਨਾਂ ਨੇ ਆਪਣੇ ਆਪ ਹੀ ਆਪਣਾ ਉਨਾ ਦਾ ਸਭ ਕੁਝ ਡਿਫਾਲਟ ਸੈਟਿੰਗ ਦੇ ਵਿੱਚ ਹੀ ਹੁੰਦਾ ਤੇ ਉਹ ਬੈਸਟ ਵੇ ਆਊਟ ਹੈ ਜੇ ਕਈਆਂ ਨੂੰ ਟੈਕਨੀਕ ਸਿੱਖਣ ਤੇ ਪ੍ਰੋਬਲਮ ਹੈ ਉਹ ਆਪਣਾ ਬੈਟਰੀ ਬਰਸ਼ਸ ਯੂਜ਼ ਕਰ ਸਕਦੇ ਵੈਸੇ ਬੈਟਰੀ ਬਰਸ਼ਸ ਜੇ ਲੈਣਗੇ ਤੇ ਆਲਸੀ ਜ਼ਿਆਦਾ ਹੋ ਜਾਣ ਲੋਕਾਂ ਸੋ ਚੰਗਾ ਤਰੀਕਾ ਚੰਗਾ ਸਲੀਕਾ ਜਿਵੇਂ ਡਾਕਟਰ ਮੀਨਲ ਹੁਣਾਂ ਨੇ ਦੱਸਿਆ ਕਿ ਜੇਕਰ ਅਸੀਂ ਬਰਸ਼ ਕਰਨਾ ਹੈ ਜਿਹੜਾ ਸਾਡਾ ਉੱਪਰਲਾ ਜਬਾੜਾ ਉਸ ਨੂੰ ਹੇਠਾਂ ਨੂੰ ਹੇਠਾਂ ਨੂੰ ਤਰੀਕੇ ਦੇ ਨਾਲ ਜਿਹੜਾ ਇਹ ਸਾਡਾ ਬਰਸ਼ ਹੈ ਇਸ ਨੂੰ ਇਸ ਤਰੀਕੇ ਦੇ ਨਾਲ ਆਪਾਂ ਬਰਸ਼ ਕਰਦੇ ਰਹੀਏ ਔਰ ਜਿਹੜਾ ਹੇਠਲਾ ਜਬਾੜਾ ਉਸ ਨੂੰ ਉਤਾਂ ਵੱਲ ਨੂੰ ਤਾਂ ਕਿ ਸਾਡੇ ਮਸੂੜਿਆਂ ਦੀ ਮ사ਜ ਵੀ ਹੁੰਦੀ ਰਹੇ ਔਰ ਸਾਡੇ ਦੰਦਾਂ ਦੇ ਵਿੱਚ ਫਸੇ ਹੋਏ ਖਾਣੇ ਦੇ ਟੁਕੜੇ ਜਿਹੜੇ ਆ ਉਹ ਵੀ ਬਾਹਰ ਨਿਕਲਣ ਬਰਸ਼ ਵੀ ਸਾਡਾ ਅੱਛੇ ਤਰੀਕੇ ਦੇ ਨਾਲ ਹੋ ਸਕੇ ਇਹ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਜਿਕਰ ਅਸੀਂ ਇਹਨਾਂ ਨੂੰ ਸੋਚ ਵਿਚਾਰ ਕੇ ਕਰਦੇ ਆਂ ਤੇ ਬਹੁਤ ਵਧੀਆ ਰਹੂਗਾ ਔਰ ਸਾਡੇ ਦੰਦ ਜਿਹੜੇ ਆ ਤਾਂ ਉਮਰ ਸਾਡੇ ਮੂੰਹ ਦੇ ਵਿੱਚ ਬਣੇ ਰਹਿਣਗੇ ਔਰ ਜਿਕਰ ਅਸੀਂ ਗੱਲ ਕਰੀਏ ਹੁਣ ਇਹਨਾਂ ਦੰਦਾਂ ਦੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਡੇ ਖਾਣ ਪੀਣ ਤੇ ਨਿਰਪਰ ਕਰਦੀਆਂ ਨੇ ਔਰ ਇਹ ਵੀ ਚੀਜ਼ਾਂ ਸਾਡੇ ਸਰੀਰ ਦੇ ਵਿੱਚੋਂ ਹੀ ਖੁਰਾਕ ਲੈਂਦੀਆਂ ਨੇ ਖੁਰਾਕ ਸਾਡੀ ਜਿਹੜੀ ਹੈ ਅਜੋਕੇ ਸਮੇਂ ਦੇ ਵਿੱਚ ਸਾਡਾ ਜੀਵਨ ਸ਼ੈਲੀ ਜਿਹੜੀ ਬਦਲ ਗਈ ਹੈ ਬਿਲਕੁਲ ਖੁਰਾਕ ਸਾਡੀ ਤੇ ਜੀਵਨ ਸ਼ੈਲੀ ਕਿਹੋ ਜੀ ਹੋਣੀ ਚਾਹੀਦੀ ਹੈ ਸਰ ਖੁਰਾਕ ਤਾਂ ਦੇਖੋ ਮੈਨਲੀ ਤਾਂ ਸੈਲਡਸ ਹੋਣੇ ਚਾਹੀਦੇ ਐ ਰਫ ਫੂਡ ਹੋਣਾ ਫਾਈਬਰ ਹੋਣਾ ਚਾਹੀਦਾ ਰਫ ਫੂਡ ਖਾਓ ਉਹ ਜ਼ਿਆਦਾ ਜ਼ਰੂਰੀ ਹੈ لیکن আজি ਦੇ ਚ ਜਿੰਨੀ ਵੀ ਭਜਤ ਦੌੜ ਮੱਚੀ ہوئی ہے ਉਹਦੇ حساب ਨਾਲ ਤਾਂ ਪਿੰਦਾ ਕਹਿੰਦਾ ਸਾਨੂੰ इजी ਫੂਡ ਮਿਲ ਜਾਏ ਫਾਸਟ ਫੂਡ ਮਿਲ ਜਾਏ ਅਸੀਂ फटाफट ਆਪਣਾ পেট ਭਰੀ ਤੇ ਨਿਕਲੀ ਹੈ ਨਾ ਉਹ ਜਿਹੜੀ ਚੀਜ਼ ਹੈ ਉਹ ਸਾਨੂੰ ਜ਼ਿਆਦਾ ਨੁਕਸਾਨ ਹੀ ਕਰ ਰਹੀ ਹੈ ਇਨਸਟੈਡ ਕਿ ਕੋਈ ਫਾਇਦਾ ਨਹੀਂ ਦੇ ਰਹੀ ਉਹਦੇ ਨਾਲ ਸਾਡੇ ਜਿੰਨਾ ਵੀ ਸਲਾਈਵਾ ਦੇ ਵਿੱਚ ਸਾਡੀ ਜਿਹੜੀ ਬੈਕਟੀਰੀਆ ਹੈ ਉਹ ਓਵਰ ਐਕਟਿਵ ਹੋ ਰਹੇ ਨੇ ਗਲਤ ਬੈਕਟੀਰੀਆਜ਼ ਦੇ ਜਿਹੜੀ ਐਕਟੀਵਿਟੀ ਹੈ ਉਹ ਜ਼ਿਆਦਾ ਵੱਧ ਰਹੀ ਹੈ ਜਿਹੜੇ ਅੱਛੇ ਬੈਕਟੀਰੀਆਜ਼ ਨੇ ਉਹ ਦਾ ਦਵਾਏ ਜਾਂਦੇ ਨੇ ਤੇ ਉਹ ਜਿਹੜਾ ਫਰੂਟਸ ਸੈਲਡਸ ਜਾਂ ਮਤਲਬ ਜਿੰਨਾ ਵੀ ਕੋਸ਼ਿਸ਼ ਕਰੋ ਕੱਚਾ ਜਾਂ ਹਾਫ ਬੋਇਲਡ ਜਿਹੜੇ ਸਟਫਸ ਹੁੰਦੇ ਨੇ ਉਹਨਾਂ ਦੀ ਖਾਣ ਦੀ ਕੋਸ਼ਿਸ਼ ਕਰੋ ਜਾਂ ਜਿਹੜੇ ਚਿਕਨ ਖਾਂਦੇ ਨੇ ਜਾਂ ਮਟਰਨ ਖਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਕਲੀਨ ਅੱਛੇ ਨਾਲ ਕਰੋ ਤਾਂ ਕਿ ਉਹ ਗੰੰਦਾ ਦੇ ਵਿੱਚ ਕਿਤੇ ਵੀ ਫਸਿਆ ਨਾ ਰਹਿ ਜਾਏ ਜੀ ਇੱਕ ਹੁਣ ਇਹ ਇਹ ਵੀ ਬਹੁਤ ਸਾਰੀਆਂ ਲੋਕਾਂ ਦੀ ਐਵੇਂ ਧਾਰਨਾਵਾਂ ਵੀ ਬਣੀਆਂ ਐ ਕਿ ਬਹੁਤਾ ਮੀਟ ਖਾਓਗੇ ਦੰਦ ਤਾਂ ਵੀ ਤੁਹਾਡੇ ਖਰਾਬ ਹੋ ਜਾਣੇ ਆ ਕਸ ਜਾਣੇ ਆ ਤੇ ਜਾਂ ਇੱਕ ਇਹ ਵੀ ਇਹ ਸੱਚੀ ਹੈ ਉਹਦਾ ਵੈਸੇ ਮਿੱਥ ਨਹੀਂ ਨਹੀਂ ਸਰ ਉਹਦਾ ਜ਼ੋਰ ਕਿੰਨਾ ਲਗਾ ਰਹੇ ਤੁਸੀਂ ਉਸ ਚੀਜ਼ ਨੂੰ ਖਾਂਦੇ ਉਹਦੇ ਤੇ ਮੈਟਰ ਕਰਦਾ ਹੈ ਜੀ ਇੱਕ ਮਿੱਥ ਹੋ ਰਿਹਾ ਕਹਿੰਦੇ ਕਿ ਜੇਕਰ ਅਸੀਂ ਉੱਪਰ ਲੀਆਂ ਦਾਣਾ ਕਢਵਾਉਣੇ ਆ ਉੱਪਰਲੇ ਜਵਾੜੇ ਦੀਆਂ ਤੂੰ ਸਾਡੀਆਂ ਅੱਖਾਂ ਤੇ ਬੜਾ ਅਸਰ ਪਾਉਂਦੀਆਂ ਕਿ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਕਿ ਇਹ ਵੀ ਕੋਈ ਗੱਲਬਾਤ ਹੈਗੀ ਕੋਈ ਇਸ ਤਰ੍ਹਾਂ ਦੀ ਕਿ ਨਹੀਂ ਇਦਾ ਕੁਛ ਨਹੀਂ ਹੈ ਇਹ ਇੱਕ ਬੜਾ ਪੁਰਾਣਾ ਚੱਲੇ ਆ ਰਿਹਾ ਮੈਨੂੰ ਵੀ ਇੰਨੀ ਢੇਰ ਹੋ ਗਈ ਪ੍ਰੈਕਟਿਸ ਦੇ ਵਿੱਚ ਹਜੇ ਵੀ ਮੈਂ ਐਕਸਪਲੇਨ ਨਹੀਂ ਕਰ ਪਾਈ ਪੇਸ਼ੈਂਟ ਦੇ ਹਲੇ ਵੀ ਮਾਈਂਡ ਸੈਟ ਉਦਾਂ ਹੀ ਨੇ ਠੀਕ ਹੈ ਨਾ ਤੇ ਐਦਾਂ ਦਾ ਕੁਛ ਨਹੀਂ ਹੁੰਦਾ ਬਿਕੋਜ਼ ਅੱਖਾਂ ਦੀ ਜਿਹੜੀ ਵੇਇਨਸ ਜਾਂ ਨਰਵਸ ਹੁੰਦੀਆਂ ਨੇ ਉਹ ਬਹੁਤ ਪਰੇ ਹੁੰਦੀਆਂ ਨੇ ਦੰਦਾਂ ਦੀਆਂ ਵੇਇਨਸ ਜਾਂ ਨਰਵ ਸਾਡੀ ਐਵਲੀ ਹੱਡੀ ਦੇ ਬਿਲਕੁਲ ਥੱਲੇ ਹੀ ਰਹਿ ਜਾਂਦੀਆਂ ਉਹ ਬਾਕੀ ਉੱਪਰ ਹੁੰਦੀਆਂ ਤੇ ਡਿਫਰੈਂਸ ਬਹੁਤ ਜ਼ਿਆਦਾ ਹੈ ਤੇ ਉਹ ਪੇਸ਼ੈਂਟਸ ਨੂੰ ਸਮਝਣਾ ਚਾਹੀਦਾ ਉਹਦਾ ਕੋਈ ਕਨੈਕਸ਼ਨ ਨਹੀਂ ਹੈ ਬਟ ਹਾਂ ਜੋ ਮਤਲਬ ਕੋਈ ਗਲਤ ਟੈਕਨੀਕ ਨਾਲ ਕੋਈ ਉਹਨਾਂ ਨਾਲ ਕੰਮ ਕਰ ਰਿਹਾ ਹੈ ਜਾਂ ਉਹਨਾਂ ਦੀ ਗਲਤ ਟੈਕਨੀਕ ਕੋਈ ਇਸਤੇਮਾਲ ਕਰ ਰਿਹਾ ਉਹ ਫਿਰ ਇੱਕ ਬਖਤਾ ਕਿਸੇ ਹਾਂ ਬਿਲਕੁਲ ਜੀ ਹੁਣ ਜਾਂਦੇ ਜਾਂਦੇ ਸਾਨੂੰ ਸੁਝਾਅ ਕੀ ਦੋਵਗੇ ਕੀ ਸੁਨੇਹਾ ਦੋਗੇ ਇਸ ਪ੍ਰੋਗਰਾਮ ਦੇ ਰਾਹੀ ਕਿ ਸਾਡੇ ਕੋਈ ਟਿਪਸ ਸਾਨੂੰ ਦੇ ਦਿਓ ਕਿ ਸਾਡੇ ਦੰਦ ਜਿਹੜੇ ਇਸੇ ਤਰ੍ਹਾਂ ਹੀ ਸਹੀ ਸਲਾਮਤ ਰਹਿਣ ਤੇ ਐਨ ਸੋਹਣਾ ਸਾਡਾ ਹਾਸਾ ਬਣਿਆ ਰਵੇ ਕੀ ਟਿਪਸ ਦੇਣੇ ਚਾਹੋਗੇ ਸਭ ਪਹਿਲਾ ਤਾਂ ਮੇਨ ਟਿਪ ਇਹ ਹੈ ਔਰ ਮੈਂ ਸਾਰੇ ਪੇਸ਼IENTS ਨੂੰ ਇਹ ਹੀ ਕਹਿਨੀ ਹੈ ਕਿ ਤੁਸੀਂ ਆਪਣੇ ਬਾਥਰੂਮ ਦੇ ਸ਼ੀਸ਼ੇ ਤੇ ਹੀ ਲਿਖ ਲਓ ਕਿ ਅਸੀਂ ਰਾਤ ਨੂੰ ਵੀ ਬਰਸ਼ ਕਰਕੇ ਸੋਣਾ ਹੈ ਉਹ ਬਹੁਤ ਇੰਪੋਰਟੈਂਟ ਹੈ ਉਹ ਸਿਰਫ ਬੱਚਿਆਂ ਦੇ ਲਈ ਨਹੀਂ ਪੇਰੈਂਟਸ ਲਈ ਵੀ ਉਨਾ ਹੀ ਇੰਪੋਰਟੈਂਟ ਹੈ ਕਿਉਂਕਿ ਜਿੰਨੇ ਇੰਪੋਰਟੈਂਟ ਸਾਡੇ ਦੁੱਧ ਦੇ ਦੰਦ ਨੇ ਉਨੇ ਐਡਲਟs ਦੀਂਦ ਵੀ ਸਾਡੇ ਉਨੇ ਇੰਪੋਰਟੈਂਟ ਹੈ ਇੱਕ ਵੀ ਤੀਥ ਤਾਂ ਸਾਡਾ ਮਿਸਿੰਗ ਹੈ ਤੇ ਉਹਦੇ ਅਕੋਰਡਿੰਗਲੀ ਸਾਡੇ ਤਿੰਨ ਜਾਂ ਚਾਰ ਦੰਦ ਹੋਰ ਖਰਾਬ ਹੁੰਦੇ ਨੇ ਜਿਹੜੇ ਮਿਸਿੰਗ ਏਰੀਆ ਦੇ ਵਿੱਚ ਸਾਡੇ ਦੰਦ ਉੱਪਰ ਉਹਦੀ ਖੱਲੇ ਆ ਸਕਦੇ ਨੇ اچھا ਇੱਕ ਦਾੜ ਕਾਪਾ ਕੱਢ ਲਈ ਤੇ ਦੂਸਰੀਆਂ ਦੰਦਾਂ ਉਹ ਸ਼ਿਫਟ ਹੋ ਜਾਂਦੀਆਂ ਨੇ ਖਾਲੀ ਜਗ੍ਹਾ ਵਾਲਾ ਜੀ ਜੀ ਤੇ ਇਸ ਲਈ ਐ ਨਾ ਸੋਚੋ ਕਿ ਜੇ 32 ਦੰਦ ਨੇ ਤੇ ਕਿ ਚਲੋ ਇੱਕ ਦੰਦ ਚਲਾ ਵੀ ਗਿਆ ਤੇ ਸਾਡੇ ਕੋਲ ਬਾਕੀ ਤਾਂ ਦੰਦ ਹੈਗੇ ਨੇ ਨਾ 31 ਦੰਦ ਪਏ ਤੇ ਅਸੀਂ ਉਹਨਾਂ ਖਾ ਲਾਂਗੇ ਪਰ ਨਹੀਂ ਹਰ ਦੰਦ ਦੀ ਆਪਣੀ ਇੰਪੋਰਟੈਂਸ ਹੈ ਉਹਨਾਂ ਦੀ ਜਿਹੜੀ ਆਪਣੀ ਪੋਜੀਸ਼ਨ ਹੈ ਉਹ ਰੱਬ ਨੇ ਕੁਝ ਸੋਚ ਕੇ ਹੀ ਦਿੱਤੀ ਹੋਈ ਹੈ ਠੀਕ ਹੈ ਇਸ ਲਈ ਹਰ ਦੰਦ ਦੀ ਕੇਅਰ ਕਰੋ ਔਰ ਆਪਣਾ ਖਾਣ-ਪਾਨ ਦੇ ਵਿੱਚ ਜਿੰਨਾ ਹੋ ਸਕੇ ਸੈਲਡ ਫਰੂਟਸ ਕੱਚੇ ਆਪਣੇ वेजिटेबल्स ਜਾਂ ਜਿੰਨਾ ਵੀ ਉਹਨਾਂ ਨਾਲ ਮਜ਼ਬੂਤੀ ਸਿਰਫ ਤੁਹਾਡੇ ਜਬਾੜੇ ਦੰਦਾ ਦੇ ਨਹੀਂ ਜਬਾੜੇ ਦੀ ਵੀ ਮਜ਼ਬੂਤੀ ਬੰਦੀ ਹੈ ਜਬਾੜੇ ਦੀ ਵੀ ਐਕਸਰਸਾਈਜ਼ ਹੁੰਦੀ ਹੈ ਬਿਲਕੁਲ ਠੀਕ ਹੈ ਤੇ ਬਾਕੀ ਆਪਣੇ ਦੰਦਾ ਦੇ ਹਿਸਾਬ ਨਾਲ ਪੇਸਟ ਮਾਊਥਵਾਸ਼ ਆਪਣੇ ਡੈਂਟਿਸਟ ਨਾਲ ਕੰਸਲਟ ਕਰਕੇ ਉਹਨਾਂ ਦਾ ਇਸਤੇਮਾਲ ਕਰੋ ਐ ਨਹੀਂ ਆਨ ਦਾ ਕਾਊਂਟਰ ਲੈ ਲੈਂਦੇ ਨੇ ਬਟ ਲੇਕਿਨ ਕਈ ਵਾਰੀ ਉਹ ਇਲਾਜ ਨਹੀਂ ਹੁੰਦਾ ਉਹਨਾਂ ਦਾ ਅਗਰ ਤੁਹਾਨੂੰ ਸੈਂਸਿਟੀਵਿਟੀ ਲੱਗ ਰਹੀ ਹੈ ਜਾਂ ਕੁਝ ਵੀ ਲੱਗ ਰਹੀ ਹੈ ਉਹਦਾ ਪ੍ਰੋਪਰ ਆਪਣਾ ਡਾਕਟਰ ਨਾਲ ਕੰਸਲਟ ਕਰਕੇ ਤੇ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਪੇਸਟ ਔਰ ਮਾਊਥਵਾਸ਼ ਦੀ ਚੋਇਸ ਕਰੋ ਔਰ ਉਹਨੂੰ ਯੂਜ਼ ਕਰੋ। ਔਰ ਇੱਕ ਗੱਲ ਹੋਰ ਜਾਂਦੇ ਜਾਂਦੇ ਪੁੱਛ ਲਵਾਂ। ਹਾਂਜੀ। ਕਹਿੰਦੇ ਕਿ ਜਿਹੜੇ ਬੱਤੀ ਦੰਦ ਹੁੰਦੇ ਨੇ ਨਾ ਉਹਦਾ ਕੀ ਸੱਚਾ ਹੋ ਜਾਂਦਾ। ਮਿੱਥਾ ਤਾਂ ਬਹੁਤ ਸਾਰੇ ਹੈ। ਇਸੇ ਤਰ੍ਹਾਂ ਤੁਸੀਂ ਵੀ ਹਾਸੇਦੇ ਰਹੋ ਕਿਉਂਕਿ ਇਹ ਚਿੱਟੀਆਂ ਦੰਦਾਂ ਦਾ ਹਾਸਾ ਇਹ ਸਾਡੀ ਜ਼ਿੰਦਗੀ ਦੀ ਪਛਾਣ ਹੈ ਔਰ ਇਹ ਹਾਸੇ ਸਾਡੇ ਘਰਾਂ ਦੇ ਵਿੱਚ ਹੱਸਦੇ ਵਸਦੇ ਰਹਿਣ ਦੀ ਨਿਸ਼ਾਨੀ ਹੈ। ਤੁਸੀਂ ਵੀ ਹੱਸਦੇ ਰਹੋ ਔਰ ਇਸੇ ਤਰ੍ਹਾਂ ਮੁਸਕਰਾਉਂਦੇ ਰਹੋ ਡਾਕਟਰ ਮੀਨਲ ਜੀ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਸਰ ਬਹੁਤ ਸਾਰੀ ਕੰਮ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਜੀ ਮਿਹਰਬਾਨੀ ਬਾਗ ਵਿੱਚੋਂ ਹੀ ਉੱਠ ਕੇ ਬਾਹਰ ਆ ਗਏ ਆ ਹੱਥ ਨੇ ਕੰਡੌਣ ਮੁਟਿਆਰ ਆ ਗਈਆਂ ਬਾਘ ਵਿੱਚੋਂ ਉੱਠ ਕੇ ਬਾਹਰ ਆ ਗਈਆਂ ਹੱਥ ਨੇ ਕੰਡੌਣ ਮੁਟਿਆਰ ਆ ਗਈਆਂ ਅੰਬ ਰਚ ਪੁੰਜੰਦੀਆਂ ਡਾਰਾ ਤਿਆ ਸੂਰਜ ਉਸ ਮੱਖੀਆਂ ਨੇ ਨਾਰਾ ਤਿਆ ਚਲਤੀ ਦਾ ਵੇੜਾ ਸਦਾ